ਔਰ ਭੰਗੜਾ ਬਹੁਤ સરਸ ਹੈ ਮੈਨੂੰ ਨਾ ਤਾਂ ਅਨੰਦਦਾ ਜੀ ਔਰ ਯੋਗਾ ਨੂੰ ਕਿਤੇ ਹੀ ਬੈਠਾ ਮੈਨੂੰ ਲੱਗਦਾ ਵੀ ਇੱਕ ਲਾਈਵ ਖਾੜਾ ਲਾਉਣਾ ਬਹੁਤ ਸੁਖ ਮੈਂ ਤਾਂ ਇੰਜੋਏ ਕਰਦਾ ਮੈਨੂੰ ਸਭ ਤੋਂ ਚਾ ਚੜਦਾ ਜਦੋਂ ਲਾਈਵ ਖਾੜੇ ਤੇ ਵੀ ਤੁਰਦਾ ਹਾਂ ਪਾਗਲ ਸੀ ਮੈਂ ਹੋਕੀ ਲਈ ਤੇ ਕਬੱਡੀ ਤੇ ਮੈਨੂੰ ਭੰਗੜੇ ਦਾ ਬਿਲਕੁਲ ਸ਼ੌਕ ਨਹੀਂ ਨਾਕ ਬਿੰਨੂ ਟਾਸਤਾ ਤੇ ਮੈਂ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਮੈਂ ਇਸੇ ਕਿਹਾ ਕਿ ਦੋਈ ਮੈਂ ਤਾਂ ਢੋਲ ਵਜਾ ਮੇਰੇ ਅੰਦਰ ਜੋ ਨਿਕਲਿਆ ਮੈਂ ਕਰ ਜੋਦੋ ਕੋਰਸ ਕੰਪਲੀਟ ਹੋਇਆ ਤਾਂ ਮੈਨੂੰ ਲੱਗਾ ਮੇਰਾ ਐਮਏ ਫਸਟ ਇਅਰ ਵਿੱਚ ਹੀ ਵਿਆਹ ਹੋ ਗਿਆ ਫਰਟੇ ਦੀ ਡਿਲੀਵਰੀ ਤੇ ਪੀਜ਼ਾ ਡਿਲੀਵਰੀ ਤੇ ਮੈਨੂੰ ਨਹੀਂ ਸੀ ਪਤਾ ਕਿਹੜੀ ਡਿਲੀਵਰੀ ਕਦੋਂ ਹੋਗੀ ਕਦੋਂ ਮੈਂ ਵਾਪਸ ਆ ਗਿਆ ਤਾਂ ਫਿਰ ਮੈਂ ਲਿਖ ਲੈਣਾ ਖਾ ਲੈਣਾ ਤਰਝਾਂ ਬਣਾਈ ਜਾਣੀਆਂ ਐਦਾਂ ਲੱਗਦਾ ਵੀ ਸ਼ੁਰੂ ਤਾਂ ਕਰ ਲਿਆ ਕੀ ਬਣੂੰਗਾ ਬੋਲ ਦੇ ਐਂਡ ਬਿਊਟੀਫੁੱਲ ਜੀ ਇਹਨੂੰ ਤੁਹਾਨੂੰ ਤੇ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਮੈਂ ਕਿਸੇ ਨਾ ਕਿਸੇ ਪਰਸਨੈਲਿਟੀ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੀ ਰਹਿੰਦੀ ਆ ਤੇ ਜਦੋਂ ਅਸੀਂ ਸੰਗੀਤ ਦੀ ਗੱਲ ਕਰਦੇ ਆਂ ਤੇ ਸੰਗੀਤ ਸਾਡੀ ਰੂਹ ਦੀ ਖਰਾਕਿਆ ਆ ਆਰਟਿਸਟਾਂ ਦੀ ਗੱਲ ਕਰਦੇ ਆਂ ਸਾਡੀ ਇੰਡਸਟਰੀ ਦੇ ਵਿੱਚ ਇੱਕ ਤੋਂ ਇੱਕ ਆਰਟਿਸਟ ਆ ਪਰ ਕੁਝ ਆਰਟਿਸਟ ਜਿਨ੍ਹਾਂ ਨੇ ਇੱਕ ਵੱਖਰੀ ਸ਼ੈਵੀ ਬਣਾਈ ਆ ਲੋਕਾਂ ਦੇ ਦਿਲਾਂ ਤੱਕ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਉਹਨਾਂ ਦੇ ਜਿਹੜੇ ਗੀਤ ਆ ਹਮੇਸ਼ਾ ਹਰ ਪਾਰਟੀ ਦੀ ਸ਼ਾਨ ਹੁੰਦੇ ਆ ਕਿਉਂਕਿ ਉਹ ਸੱਭਿਆਕ ਗੀਤ ਆ ਤੇ ਲੋਕੀ ਉਹਨਾਂ ਨੂੰ ਪਸੰਦ ਵੀ ਕਰਦੇ ਆ ਸੋ ਇਹੋ ਜਿਹੀ ਇੱਕ ਸ਼ਖਸੀਅਤ ਸਾਡੇ ਆਪਣੇ ਸ਼ਹਿਰ ਦੇ ਬੜੇ ਲੰਬੇ ਅਰਸੇ ਤੋਂ ਅਸੀਂ ਇਹਨਾਂ ਨੂੰ ਸੁਣਦੇ ਮਾਣਦੇ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹਨਾਂ ਨੂੰ ਕੰਮ ਕਰਦੇ ਆਂ ਸੀ ਦੇਖਦੇ ਆ ਰਹੇ ਆ ਸੋ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਵਿੱਚ ਇਹੋ ਜਿਹੇ ਹੀਰੇ ਪਏ ਨੇ ਤੇ ਕਹਿੰਦੇ ਹੀਰੇ ਦੀ ਜਿਹੜੀ ਪਛਾਣ ਹੈ ਨਾ ਉਹ ਜ਼ੋਹਰੀ ਨੂੰ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਜਦੋਂ ਗਾਇਕੀ ਦੀ ਅਸੀਂ ਗੱਲ ਕਰਦੇ ਆਂ ਭੰਗੜੇ ਦੀ ਗੱਲ ਕਰਦੇ ਆਂ ਸੋ ਤੁਸੀਂ ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣੋਗੇ ਭੰਗੜੇ ਦਾ ਕਿੰਗ ਕਿਹਾ ਜਾਂਦਾ ਤੇ ਬੜੀ ਬਾਖੂਬ ਅੱਗੇ ਬੱਚਿਆਂ ਨੂੰ ਅਕੈਡਮੀ ਚਲਾ ਰਹੇ ਨੇ ਰੰਗਲਾ ਪੰਜਾਬ ਤੇ ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈ ਨਾਲ ਰੰਗਲੇ ਦੀ ਆ ਜਾਂਦੀ ਤੇ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਮੈਂ ਗੱਲ ਕਰ ਰਹੀ ਹਾਂ ਜੀ ਸਰਬਜੀਤ ਚੀਮਾ ਹੁਣਾ ਦੇ ਤੇ ਬਿਲਕੁਲ ਜੀ ਦੁਆਬੇ ਦੀ ਧਰਤੀ ਨੂੰ ਬਿਲੋਂਗ ਕਰਦੇ ਨੇ ਕੈਨੇਡਾ ਦੀ ਧਰਤੀ ਤੇ ਲੰਬੇ ਅਰਸੇ ਤੋਂ ਰਹਿ ਰਹੇ ਨੇ ਤੇ ਜਿੱਥੇ ਇਹਨਾਂ ਨੇ ਗਾਇਕੀ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ ਆ ਤੇ ਉੱਥੇ ਫਿਲਮਾਂ ਦੇ ਵਿੱਚ ਵੀ ਬਾਖੂਬ ਸਮਾਜਿਕ ਸਮਾਜ ਨੂੰ ਸਿੱਧ ਦੇ ਕਹਿ ਲਓ ਕਿ ਸਿੱਖ ਦੇਣ ਵਾਲੀਆਂ ਸਮਾਜਿਕ ਪੱਧਰ ਦੀਆਂ ਸੋਹਣੀਆਂ ਫਿਲਮਾਂ ਦੇ ਵਿੱਚ ਬੜੇ ਬਾਖੂ ਇਹਨਾਂ ਨੇ ਰੋਲ ਨਿਭਾਏ ਆ ਅੱਜ ਸਾਡੇ ਨਾਲ ਨੇ ਬੋਲ ਦੈਨ ਬਿਊਟੀਫੁਲ ਹੋਰ ਵੀ ਬਿਊਟੀਫੁਲ ਹੋਣ ਵਾਲਾ ਆ ਉਹ ਇਹਨਾਂ ਨੂੰ ਜੀ ਆਇਆਂ ਕਹਿੰਦੀ ਆ ਤੇ ਇਹਨਾਂ ਦੇ ਨਾਲ ਖੁੱਲੀਆਂ ਦਿਲ ਦੀਆਂ ਗੱਲਾਂ ਬਾਤਾਂ ਕਰਦੇ ਆ ਸਰਬਜੀਤ ਜੀ ਐਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਚੰਗਾ ਲੱਗ ਰਿਹਾ ਬੜੇ ਲੰਬੇ ਅਰਸੇ ਤੋਂ ਅਸੀਂ ਇੱਕ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਕਮਿਊਨਿਟੀ ਦੇ ਕੰਮਾਂ ਵਿੱਚ ਕਿਤੇ ਨਾ ਕਿਤੇ ਸਾਡੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀ ਆ ਪਰ ਅੱਜ ਸਾਡੇ ਇਸ ਸਟੂਡੀਓ ਦੇ ਵਿੱਚ ਸਾਡੀ ਪਹਿਲੀ ਮੁਲਾਕਾਤ ਆ ਤੁਹਾਡੇ ਨਾਲ। ਹਾਂਜੀ ਹਾਂਜੀ ਹਾਂਜੀ। ਔਰ ਚੰਗਾ ਲੱਗ ਰਿਹਾ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਆ। ਪਹਿਚਾਨ ਕਿਸੇ ਦੇ ਤੱਕ ਕਰਾਉਣੀ ਇਹ ਤਾਂ ਕਹਿ ਦੋ ਕਿ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਆ ਕਿਉਂਕਿ ਲੋਕ ਜਾਣਦੇ ਆ ਬੱਚਾ ਬੱਚਾ ਜਾਣਦਾ ਆ ਰੰਗਲੇ ਪੰਜਾਬ ਦੀ ਜਦੋਂ ਗੱਲ ਕਰਦੇ ਆ ਭੰਗੜੇ ਦੀ ਗੱਲ ਕਰਦੇ ਆ ਤੇ ਇੱਕ ਨਾਂ ਹਮੇਸ਼ਾ ਸਾਹਮਣੇ ਆ ਜਾਂਦਾ ਸਰਬਜੀਤ ਸਿੰਘ ਚੀਮਾ ਜੀ ਤੇ ਉਸ ਤੋਂ ਬਾਅਦ ਫਿਲਮਾਂ ਦੀ ਜਦੋਂ ਗੱਲ ਕਰਦੇ ਆ ਤੇ ਫਿਲਮਾਂ 'ਚ ਜਾਣ ਦਾ ਵੀ ਸੁਭਾਅ ਮਿਲਿਆ ਬੜੇ ਸਮਾਂ ਪਹਿਲਾਂ ਤੁਹਾਡੇ ਕੋ ਆਪ ਚੱਲ ਕੇ ਉਹ ਆਫਰ ਆਈ ਸੀ ਔਰ ਤੁਸੀਂ ਉਸ ਪਾਸੇ ਗਏ ਸੋ ਅੱਜ ਸੀ ਥੋੜਾ ਜਿਹਾ ਰੜਮੀਆਂ ਮੇਲਮੀਆਂ ਗੱਲਾਂ ਕਰਾਂਗੇ ਬੇਸ਼ੱਕ ਤੁਹਾਡੀ ਇੱਕ ਨਵੀਂ ਮੂਵੀ ਸਾਡੇ ਸਾਹਮਣੇ ਆ ਰਹੀ ਆ ਜੀ ਸਪਟੈਂਬਰ ਨੂੰ ਸੋਚਾ ਸੂਰਮਾ ਜੀ 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 ਉਹਦੀ ਵੀ ਗੱਲ ਕਰਾਂਗੇ ਅਸੀਂ ਅੱਗੇ ਜਾ ਕੇ ਪਰ ਪਹਿਲਾਂ ਅਸੀਂ ਤੁਹਾਡੀ ਗਾਇਕੀ ਤੋਂ ਸ਼ੁਰੂ ਹੁੰਦੇ ਹਾਂ ਕਿਵੇਂ ਇੰਟਰਸਟ ਬਣਿਆ ਸਰ ਜੀ ਤੁਹਾਡਾ ਗਾਇਕੀ ਵੱਲ ਨੂੰ ਓ ਗਾਇਕੀ ਨਾਲ ਜੀ ਮੈਨੂੰ ਇਸ ਤਰ੍ਹਾਂ ਸੀਗਾ ਵੀ ਕਾਲਜ ਲਾਈਫ ਤੱਕ ਕਾਲਜ ਫਿਨਿਸ਼ ਕਰਨ ਤੱਕ ਮੈਂ ਲਾਇਰ ਪ੍ਰੋਕਲਸਾ ਕੋਲ ਜਸੰਦਰ ਪੜਿਆ ਜੀ ਔਰ ਕਾਲਜ ਕੰਪਲੀਟ ਹੋਣ ਤੱਕ ਬਿਲਕੁਲ ਵੀ 0.1% ਵੀ ਇਦਾਂ ਹੈ ਨਹੀਂ ਸੀ ਪ੍ਰੋਫੈਸ਼ਨਲ ਸਿੰਗਰ ਬਣਨਾ ਪਰ ਭੰਗੜੇ ਚ ਤਾਂ ਤੁਸੀਂ ਸੀਗੇ ਕਾਲਜ ਲੈਵਲ ਚ ਵੀ ਹਾਂਜੀ ਭੰਗੜੇ ਵਿੱਚ ਵੀ ਮੈਂ ਕਹ ਲੋ ਸਬਬ ਨਾਲ ਆ ਗਿਆ ਹੂੰ ਭੰਗੜਾ ਵੀ ਕਦੀ ਸੋਚਿਆ ਨਹੀਂ ਸੀ ਮੈਂ ਸਪੋਰਟਸ ਨੂੰ ਪਿਆਰ ਕਰਨ ਵਾਲਾ ਬੰਦਾ ਜੀ ਮੈਂ ਬੇਸਿਕਲੀ ਪ੍ਰੋਫੈਸ਼ਨਲੀ ਕਬੱਡੀ ਤੇ ਹੋਕੀ ਖੇਡਿਆ ਹੂੰ ਸਕੂਲ ਦੀ ਟੀਮ ਚ ਮੈਂ ਹੋਕੀ ਖੇਡਿਆ 10ਵੀਂ ਤੱਕ ਹੂੰ ਔਰ 10ਥ ਵਿੱਚ ਮੈਂ ਕਪਤਾਨੀ ਕੀਤੀ ਟੀਮ ਦੀ ਔਰ ਕਬੱਡੀ ਮੈਂ ਪਿੰਡ ਦੀ ਟੀਮ ਬਲੋਂ ਖੇਡਿਆ ਹੂੰ ਔਰ ਪਾਗਲ ਸੀ ਮੈਂ ਹੋਕੀ ਲਈ ਤੇ ਕਬੱਡੀ ਲਈ ਇੰਜਰੀ ਹੋ ਗਈ ਮੇਰਾ ਆ ਸੱਜਾ ਗੋਡਾ ਨਿਕਲ ਗਿਆ ਕਬੱਡੀ ਖੇਡਦੇ ਆਂ ਜੀ ਇਹ 5-7 ਮਹੀਨੇ ਇਹਨੂੰ ਫਿੱਟ ਹੋਣ ਨੂੰ ਲੱਗੇ ਜਦੋਂ ਫਿੱਟ ਲ ਮੈਂ ਥੋੜੇ ਜੇ ਮੈਚ ਫੇਰ ਦੁਬਾਰਾ ਲਾਏ ਥੋੜੇ ਦੇ ਮੈਚਾਂ ਤੋਂ ਬਾਅਦ ਫੇਰ ਪ੍ਰੋਬਲਮ ਆ ਗਈ ਤੇ ਇੱਕ ਦਿਨ ਸਵੱਬ ਦੇ ਨਾਲ ਹੀ ਇਸ ਤਰ੍ਹਾਂ ਮੇਰੇ ਦੋਸਤ ਕਹਿੰਦੇ ਵੀ ਨੋਟਿਸ ਬੋਰਡ ਤੇ ਨੋਟਿਸ ਲੱਗਾ ਹੋਇਆ ਭੰਗੜਾ ਟ੍ਰਾਇਲ ਆ ਅੱਛਾ ਜੀ ਤੇ ਮੈਨੂੰ ਭੰਗੜੇ ਦਾ ਬਿਲਕੁਲ ਸ਼ੌਕ ਨਹੀਂ ਕੋਈ ਨਾ ਕੁ ਮੈਨੂੰ ਟਰਸਟ ਆ ਤੇ ਮੈਂ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਵੀ ਮੇਰੀ ਕਬੱਡੀ ਤੇ ਹਾਕੀ ਦੋਨੋਂ ਖੁੱਸ ਗਈਆਂ ਔਰ ਮੈਂ ਪਰੇਸ਼ਾਨ ਤਾਂ ਮੈਂ ਉਹਨਾਂ ਨੂੰ ਹੂ ਹੂ ਕਰੀ ਗਿਆ ਤੇ ਮੈਨੂੰ ਐਸੇ ਵੀ ਇਹਨਾਂ ਤਿੰਨਾਂ ਚਾਰਾਂ ਨੇ ਜਾਣਾ ਤਾਂ ਮੈਂ ਇਹਨਾਂ ਦੇ ਨਾਲ ਚਲੇ ਜਾਣਾ ਕੋਈ ਗੱਲ ਨਹੀਂ ਇਹਨਾਂ ਨੇ ਟ੍ਰਾਇਲ ਦੇਣੇ ਹੂੰ ਜਦੋਂ ਤੁਸੀਂ ਟ੍ਰਾਇਲ ਦੇਣ ਗਏ ਆ ਤੇ ਮੈਨੂੰ ਕਹਿੰਦੇ ਤੂੰ ਵੀ ਅੰਦਰ ਵੜ ਜਾ ਜੀ ਮੈਂ ਉਹਨਾਂ ਦੇ ਨਾਲ ਗਿਆ ਹੋਇਆ ਉਹਨਾਂ ਦੇ ਕੈਂਡ ਤੇ ਮੈਂ ਸਰਕਲ ਦੇ ਵਿੱਚ ਹਾਕੀ ਦੀ ਗਰਾਊਂਡ ਦੇ ਵਿੱਚ ਸਰਕਲ ਸਦਾ ਵੱਜਿਆ ਹੋਇਆ ਢੋਲ ਵੱਜ ਰਿਹਾ ਅਸੀਂ ਕੋਸ ਸਾਫ ਸਾਡੇ ਭਾਜੀ ਇੰਦਰਜੀਤ ਸਿੰਘ ਹੋਣੀ ਢੋਲੀ ਉਸਤਾਦ ਜੀ ਸਾਡੇ ਹਰਵੰਸਰਾਲ ਕਾਕੂ ਤੇ ਸੀਨੀਅਰ ਮੁੰਡੇ ਭੰਗੜੇ ਵਾਲੇ ਤੇ ਸਿੱਖਣ ਵਾਲੇ ਸਾਰੇ ਉਹ ਧੋਲ ਵੱਜਿਆ ਤੇ ਮੇਰਾ خیال ਕਿ 10 15 ਸਕੰਡ ਬਾਅਦ ਉਹਨਾਂ ਨੇ ਢੋਲ ਰੋਕਿਆ ਤੇ ਤਾੜੀਆਂ ਵੱਜੀਆਂ ਉਹ ਕਹਿੰਦੇ ਯਾਰ ਉਹ ਬੰਦਾ ਬੜਾ ਤਿੱਖਾ ਮੈਨੂੰ ਲੱਗਿਆ ਪਤਾ ਨਹੀਂ ਕੀ ਦੀ ਗੱਲ ਕਰਦੇ ਹੁਣੇ ਉਹ ਮੈਨੂੰ ਉਹਨਾਂ ਨੇ ਬਾਹਰ ਕੱਢ ਲਿਆ ਤੇ ਮੈਨੂੰ ਇੱਕਦਮ ਲੱਗਿਆ ਵੀ ਮੈਨੂੰ ਬੁਲਾ ਲਿਆ ਕੋਚ ਸਾਹਿਬ ਨੇ ਮੈਨੂੰ ਲੱਗਾ ਮੇਰੇ ਕੋ ਕੁਝ ਰੋਂਗ ਰੋਂਗ ਹੀ ਹੋਇਆ ਹੁਣ ਭਗੜਦਾ ਮੈਨੂੰ ਉਧਾਂ ਨਹੀਂ ਉਹ ਮੈਨੂੰ ਕਹਿੰਦੇ ਵੀ ਕਿੱਥੋਂ ਸਿੱਖ ਕੇ ਆਇਆ ਜੀ ਇਹ ਲੰਬੀਆਂ ਗੱਲਾਂ ਜੀ ਮੈਂ ਕਿਹਾ ਸਰ ਮੈਂ ਸਿੱਖਣਾ ਤਾਂ ਮੈਂ ਤਾਂ ਕਬੱਡੀ ਹਾਕੀ ਖੇਡਣ ਵਾਲਾ ਬੰਦਾ ਜੀ ਹਾਂ ਵੀ ਮੈਂ ਨਹੀਂ ਸਿੱਖਿਆ ਕਦੇ ਵੀ ਵੀ ਮੈਂ ਤਾਂ ਢੋਲ ਵਜਾ ਮੇਰੇ ਅੰਦਰ ਜੋ ਨਿਕਲਿਆ ਮੈਂ ਕਰ ਦਿੱਤਾ ਉਹ ਕਹਿੰਦੇ ਸਤਾ ਜੀ ਦੋਰਾ ਢੋਲ ਵਜਾਓ ਵੀ ਕੱਲਾ ਕਰੇਗਾ ਹੂੰ ਔਰ ਮੇਨੂੰ ਪਸੀਨਾ ਆ ਗਿਆ ਜੀ ਪੈਰਾਂ ਤੋਂ ਲੈ ਕੇ ਸਿਰ ਤੱਕ ਮੈਂ ਕਿਹਾ ਮੈਨੂੰ ਲੱਗਦਾ ਵੀ ਮੇਰਾ ਵੀ ਖਿੱਚ ਰਹੇ ਆ ਕੁਝ ਮੇਰਾ ਸੰਸਕੀਰਿਕ ਕੋ ਰੋਂਗ ਹੈ ਉਹ ਇਕੱਲੇ ਨੂੰ ਕਰਨ ਲੱਗਾ ਤਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਫੇ ਤਾੜੀਆਂ ਮਾਰਤੀਆਂ ਮੈਨੂੰ ਕਹਿੰਦੇ ਮਿੱਤਰਾ ਇੱਧਰ ਆ ਜਾ ਵੀ ਸੀਨੀਅਰਸ ਮੈਨੂੰ ਸਾਈਡ ਤੇ ਲੈ ਗਏ ਕਹਿੰਦੇ 17 ਦਿਨਾਂ ਬਾਅਦ ਕੰਪੀਟੀਸ਼ਨਾਂ ਕਪੂਸਲੇ ਤੱਕੜਾ ਹੋਇਆ ਹੂੰ ਬਿਲੋੜਾ ਬੰਦੇ ਦੀ ਇੱਕ ਦੀ ਟੀਮ ਦੇ ਵਿੱਚ ਐਦਾਂ ਮੇਰਾ ਸਪੋਰਟਸ ਤੋਂ ਭੰਗੜਾ ਸ਼ੁਰੂ ਹੋਇਆ ਜੀ ਤੁਸੀਂ ਸਵਾਲ ਕੀਤਾ ਗਾਇਕੀ ਦਾ ਫਿਰ ਕਾਲਜ ਲਾਈਫ ਤੱਕ ਐਮਏ ਤੱਕ ਭੰਗੜਾ ਨਾਲ ਇੰਦਾ ਪਿਆਰ ਹੋ ਗਿਆ ਵੀ ਸਭ ਕੁਝ ਭੰਗੜਾ ਹੀ ਲੱਗਣ ਲੱਗ ਪਿਆ ਕਿਉਂਕਿ ਭੰਗੜੇ ਚ ਜਿਹੜੇ ਤੁਹਾਡੇ ਸਟੈਪ ਜਿਹੜੀ ਸ਼ਾਲ ਮਾਰਨੀ ਹੈ ਉਹ ਤੁਹਾਡੀ ਪਛਾਣ ਬਣ ਗਈ ਸੀ ਜੀ ਕੁਝ ਕੋਸ਼ਿਸ਼ ਇਦਾਂ ਦੀ ਐਕਸ਼ਨ ਹੁੰਦੀ ਹੈ ਜਿਹੜੇ ਸਿਰਫ ਤੁਹਾਡੇ ਨਾਲ ਦੇਖ ਕੇ ਹੋਰ ਨਵੇਂ ਮੁੰਡੇ ਜਿਹੜੇ ਸਿੱਖਦੇ ਸੀ ਉਹ ਕੋਸ਼ਿਸ਼ ਕਰਦੇ ਸੀ ਜੀ ਜੀ ਤੇ ਉਸ ਤੋਂ ਬਹੁਤ ਬਲਵਿੰਦਰ ਜੀ ਮੈਂ ਜਦੋਂ ਕਾਲਜ ਕੰਪਲੀਟ ਹੋਇਆ ਤਾਂ ਮੈਨੂੰ ਲੱਗਦਾ ਮੇਰਾ ਐਮਏ ਫਸਟ ਈਅਰ ਵਿੱਚ ਹੀ ਵਿਆਹ ਹੋ ਗਿਆ ਜੀ ਹਮ ਤਾਂ ਐਮਏ ਸੈਕੰਡ ਈਅਰ ਦੇ ਮੈਂ ਪੇਪਰ ਦੇ ਕੇ ਤਕਰਨ ਆ ਗਿਆ ਹਮ ਕੈਨੇਡਾ ਆ ਕੇ ਮੈਂ ਕੰਮ ਕਰ ਸ਼ੁਰੂ ਕਰਤਾ ਜੀ ਲਿਖਣ ਦਾ ਮੈਨੂੰ ਸ਼ੌਕ ਸੀਗਾ ਮੇਰੇ ਲਿਖੇ ਗੀਤ ਪਹਿਲਾਂ ਵੀ ਰਿਕਾਰਡ ਹੋਇਆ ਜੀ ਜੀ ਰੂਪ ਲਾਲ ਮਕਬੂਰ ਸਾਡਾ ਮਿੱਤਰ ਆ ਹੁਣ ਵੀ ਕਾਲਜ ਟਾਈਮ ਮਿੱਤਰ ਸੀ ਔਰ ਉਹਦੀ سپورਟ ਦਿਲ ਜਾਣ ਤੋਂ ਕੀਤੀ ਜਿੱਦਾਂ ਕਰ ਸਕਦੇ ਜੀ ਬਈ ਇਹ ਬੰਦੇ ਨੂੰ ਬਈ ਗਰੀਬ ਘਰ ਦਾ ਮੁੰਡਾ ਔਰ ਇਹਨੂੰ ਪ੍ਰਮੋਟ ਕਰਦਾ ਇਹਨੂੰ ਅੱਗੇ ਲੈ ਕੇ ਜਾਣਾ ਬਹੁਤ ਉਹਨੂੰ ਜੋ ਕਰ ਸਕਦੇ ਸੀ ਅਸੀਂ ਕੀਤਾ ਉਹਦੇ ਮਗਰ ਲੀਡਾਂ ਵਾਲੇ ਮਾਈਕ ਲੈ ਕੇ ਉਹਲੇ ਹੋ ਹੋ ਕੇ ਵਿਗਾਇਆ ਘਰੇ ਨਾ ਪਤਾ ਲੱਗ ਜਾਏ ਹਮ ਬਿਸਮਾ ਕਿੰਨਾ ਬਦਲ ਜਾਂਦਾ ਹੈ ਬਿਲਕੁਲ ਬਦਲ ਜਾਂਦਾ ਚਲੋ ਇਹ ਲੰਬੀਆਂ ਗੱਲਾਂ ਨੇ ਜੀ ਅੱਜ ਕਿਤੇ ਆਪਾਂ ਖੁੱਲੇ ਟਾਈਮ 'ਚ ਫੇਰ ਵੀ ਕਰ ਲਾਂਗੇ ਕੈਨੇਡਾ ਆ ਕੇ ਕੈਨੇਡਾ ਆ ਕੇ ਉਹ ਭੰਗੜੇ ਨਾਲ ਹੁਣ ਮੁਹੱਬਤ ਹੀ ਕਹਿ ਲਓ ਮੈਂ ਕਹਿ ਸਕਦਾ ਜੀ ਭੰਗੜੇ ਨਾਲ ਹੁਣ ਵੀ ਮੈਨੂੰ ਬਹੁਤ ਮੁਹੱਬਤ ਹੈ ਜੀ ਹੂੰ ਔਰ ਉਹ ਇੱਥੇ ਭੰਗੜਾ ਕਲੱਬ ਮੈਂ ਜੁਆਇਨ ਕਰ ਲਈ ਆ ਕੇ ਸਰੀ ਇੰਡੀਆ ਆਰਟਸ ਕਲੱਬ ਸਰੀ ਇੰਡੀਆ ਆਰਟਸ ਕਲੱਬ ਬੜੀ ਪੁਰਾਣੀ ਭੰਗੜੀ ਦੀ ਕਲੱਬ ਹੈ ਹਾਂ ਜੀ ਸਭ ਤੋਂ ਪੁਰਾਣੀ ਹੈ ਸਭ ਤੋਂ ਪੁਰਾਣੀ ਉਦੋਂ ਤਿੰਨ ਹੁੰਦੀਆਂ ਸੀ ਸਰੀ ਇੰਡੀਆ ਆਰਟਸ ਕਲੱਬ ਪਾਰਕ ਕਲੱਬ ਐਂਡ ਇੰਡੋਕ੍ਰੇਡੀਅਨ ਕਲੱਬ ਇੰਡੋਕ੍ਰੇਡੀਅਨ ਕਲੱਬ ਯਾ ਉਹ ਬੰਦੇ ਮੈਨੂੰ ਇੰਡੋਕ੍ਰੇਡੀਅਨ ਵਾਲੇ ਲੈਂਡ ਆਏ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਔਰ ਮੈਨੂੰ ਪਤਾ ਲੱਗਾ ਵੀ ਲਾਇਲਪੁਰ ਖਾਲਸਾ ਕਾਲਜ ਦੇ ਸੀਨੀਅਰ ਬੰਦੇ ਸਰੀ ਆਰਟਸ ਵਿੱਚ ਪਾਉਂਦੇ ਆ ਜੀ ਜੀ ਵੈਲਕਮ ਤੇ ਮੈਂ ਕਿਹਾ ਜਿੱਥੇ ਸਾਡੇ ਬੰਦੇ ਪਾਉਂਦੇ ਆ ਉੱਥੇ ਜਾਣਾ ਜੀ ਕਿਉਂਕਿ ਮੈਂ ਵੀ ਲਾਇਲਪੁਰ ਖਾਲਸਾ ਕਾਲਜ ਥੋੜਾ ਸਮਾਂ ਗਈ ਸੀ ਉਹ ਫਿਰ ਯਾਦਾਂ ਜੁੜੀਆਂ ਹੁੰਦੀਆਂ ਹਨਾ ਸਾਡੀ ਉਸ ਕਾਲਜ ਦੇ ਨਾਲ ਜੀ ਜੀ ਹਾਂ ਜੀ ਤੇ ਉਹ ਮੈਨੂੰ ਲੈਣ ਆਏ ਤਾਂ ਉੱਥੇ ਮੈਂ ਆਪ ਚੱਲ ਕੇ ਗਿਆ ਜੀ ਚਲੋ ਖੈਰ ਸ਼ੁਰੂਆਤ ਹੋ ਗਈ ਜੀ ਉਹ ਜਦੋਂ 5-4 ਕਿ ਮਹੀਨੇ ਐਵਰੀ ਸੰਡੇ ਅਸੀਂ ਪ੍ਰੈਕਟਿਸ ਕਰਦੇ ਸੀ ਕੋਈ ਬਾਕੀ ਕੰਮ ਕਰਦੇ ਸੀ ਲੇਵਰ ਕਰਦੇ ਸੀ ਤੇ ਇੱਕ ਦਿਨ ਚੌਕ ਮੇਨਿਆਵਾ ਜੀ ਜਿਹੜੇ ਮੇਰੇ ਉਸਤਾਦ ਜੀ ਬਣੇ ਜੀ ਫਿਰ ਬਦਰਾਜ ਵਾਸੀ ਭਾਜੀ ਉਹ ਇੱਕ ਦਿਨ ਆਏ ਕਿਤੇ ਉਹ ਉਦੋਂ ਛੁੱਟੀਆਂ ਤੇ ਗਏ ਸੀ ਪਹਿਲਾਂ ਕਿਤੇ ਇੰਡੀਆ ਵੱਲ ਉਹ ਆਏ ਤਾਂ ਜਿਹੜੇ ਸਾਡੇ ਸੀਨੀਅਰ ਸੀ ਇੱਥੇ ਸਰੀ ਵਿੱਚ ਉਹ ਕਹਿੰਦੇ ਵਾਸੀ ਸਭ ਕੁਝ ਸੁਣਾਓ ਮੁੰਡਿਆਂ ਨੂੰ ਵਾਸੀ ਸਾਹਿਬ ਨੇ ਗਾ ਕੇ ਸੁਣਾਇਆ ਹਾਰਮੋਨੀਅਮ ਨਾਲ ਲੈ ਕੇ ਆਏ ਸੀ ਤਾਂ ਉਹਨਾਂ ਨੇ ਬੜਾ ਅੱਛਾ ਗਾਇਆ ਮੈਨੂੰ ਬੜਾ ਚੰਗਾ ਲੱਗਾ ਹਨ ਜੀ ਸੋਬਰ ਜੀ ਪਰਸਨੈਲਿਟੀ ਬੜੀ ਸੋਰ ਭਰੀ ਜੀ ਆਵਾਜ਼ ਨਾਲ ਜਦੋਂ ਗਾ ਖੜੇ ਮੈਂ ਸ਼ੌਂਕ ਨਾਲ ਗਾ ਲੈਂਦਾ ਹੁੰਦਾ ਸੀ ਕਾਲਜ ਵੀ ਜੀ ਕਲਾਸ ਵਿੱਚ ਕੋਈ ਕਲਾਸ ਦਾ ਫੰਕਸ਼ਨ ਹੋਣਾ ਇਦਾਂ ਮਿੱਤਰਾਂ ਚ ਬੋਲੀਆਂ ਨਹੀਂ ਪਾਈਆਂ ਮੈਂ ਇਹਦਾ ਗਾ ਲੈਂਦਾ ਸੀ ਹੂੰ ਤੇ ਪ੍ਰੋਫੈਸ਼ਨਲੀ ਗਾਇਕ ਬਣ ਦਾ ਸੁਪਨਾ ਵੀ ਨਹੀਂ ਸਲੇ ਲਿਆ ਮੈਂ ਕੈਨੇਡਾ ਆ ਕੇ ਵੀ ਉਹ ਜਿੱਦਣ 4 ਚੰਕ ਮਹੀਨਿਆਂ ਬਾਅਦ ਬਾਸੀ ਸਾਹਿਬ ਨਾਲ ਫੇਰ ਮੀਟਿੰਗ ਹੋਈ ਉਸ ਸ਼ੋਅ ਤੇ ਪ੍ਰਾਈਟਸ ਤੇ ਉਹਨਾਂ ਨੇ ਸੁਣਾਇਆ ਤੇ ਮੇਰੇ ਮਿੱਤਰ ਮੈਨੂੰ ਕਹਿੰਦੇ ਸਭੀ ਤੂੰ ਵੀ ਸੁਣਾ ਯਾਰ ਗਾਣਾ ਮੈਂ ਵੀ ਗਾਣਾ ਸੁਣਾਉਂਦਾ ਜੀ ਮਲਕੀਤ ਭਾਜੀ ਦਾ ਗਾਣਾ ਬੁੱਲੇ ਸ਼ਾਹ ਜਿੰਦਮਾਹੀ ਦੀ ਉਹ ਮੈਂ ਗਾਣਾ ਸੁਣਾਇਆ ਤਾਂ ਜਦੋਂ ਗਾਣਾ ਸੁਣਾ ਕੇ ਅਸੀਂ ਤੁਰਨ ਲੱਗੇ ਜੀ ਛਿੜ ਗਏ ਆਪਣੀ ਆਪਣੀ ਕਾਰਾਵਾਨ ਨੂੰ ਚੱਲੇ ਤਾਂ ਬਾਸੀ ਸਾਹਿਬ ਮੇਰੇ ਮੋਢੇ ਤੇ ਹੱਥ ਰੱਖਦੇ ਆ ਜੀ ਕਹਿੰਦੇ ਵੀ ਛੋਟੇ ਵੀਰ ਕੌਲਜ ਗਾਉਂਦਾ ਆ ਹੂੰ ਉਹਨਾਂ ਨੂੰ ਐ ਪਤਾ ਸੀ ਇੰਡੀਆ ਤੋਂ ਨਵਾਂ ਆਇਆ ਜੀ ਕਹਿੰਦੇ ਕੌਲਜ ਗਾਉਂਦਾ ਸੀ ਮੈਂ ਕਿਹਾ ਪਾ ਜੀ ਨਹੀਂ ਹੂੰ ਮੈਂ ਕਿਹਾ ਮੈਂ ਤਾਂ ਖੇਡਣ ਖੁੱਡਣ ਵਾਲਾ ਬੰਦਾ ਸੀ ਪਹਿਲਾਂ ਫੇਰ ਮੈਂ ਭੰਗੜੇ 'ਚ ਆ ਗਿਆ ਜੀ ਵੀ ਹੁਣ ਭੰਗੜੇ ਨਾਲ ਹੀ ਜੁੜੇ ਹੋਏ ਹਾਂ ਜੀ ਗਾਉਣਾ ਨਹੀਂ ਮੈਂ ਗਾਉਂਦਾ ਨਹੀਂ ਮੈਂ ਇਦਾਂ ਸ਼ੌਂਕ ਨਾਲ ਗਾ ਲੈਣਾ ਜੀ ਉਹਦ ਇੱਕ ਮਿੰਟ ਲਈ ਦੋਕ ਸੈਕਿੰਡ ਲਈ ਚੁੱਪ ਹੋਏ ਤਾਂ ਮੈਨੂੰ ਨਾਲ ਹੀ ਉਹਨੇ ਮੋੜ ਤੋਂ ਹੱਥ ਨਹੀਂ ਚੁੱਕਿਆ ਮੇਰੇ ਮੈਨੂੰ ਕਹਿੰਦੀ ਯਾਰ ਛੋਟੇ ਵੀ ਤੇਰੇ ਚ ਕੁਝ ਗੱਲ ਹੈਗੀ ਆ ਤੂੰ ਇਦਾਂ ਕਰਿਆ ਕਰ ਮੈਂ ਤੂੰ ਰਹਿੰਦਾ ਕਿੱਥੇ ਆ ਮੈਂ ਕਹਾਂ ਜੀ ਨਾ ਵੈਨਕੂਵਰ ਇਹਨਾਂ ਕਹਿੰਦੇ ਵੈਨਕੂਵਰ ਹੀ ਮੈਂ ਸਿਖਾਉਣਾ ਕਵੀ ਲਿਜ਼ਵਰ ਸਕੂਲੇ ਫਿਰ ਪ੍ਰੈਜਨਟ 41 ਪੂਥੇ ਮੇਰੇ ਕੋ 30 35 ਸਟੂਡੈਂਟ ਆ ਤੇ ਤੂੰ ਸ਼ਾਮ ਨੂੰ ਕੀ ਕਰਦਾ ਹੁੰਦਾ ਮੈਂ ਕਹਾਂ ਜੀ ਮੈਂ ਇਦਾਂ ਇਦਾਂ ਪੇਂਟ ਦੀ ਜੌਬ ਕਰਦਾ ਜੀ ਤੇ ਕਹਿੰਦੇ ਵੀ ਤੂੰ ਸਿੱਖਣਾ ਕਾਢਿਆ ਕਾਟਾ ਮੈਂ ਕਹਾਂ ਭਾਜੀ ਮੈਂ ਪੇਂਟ ਤੋਂ ਹਟਦਾ ਦਾ ਸਿਸਟਰ ਦਾ ਪੀਜਾ ਸਾਡੇ ਮੈਂ ਪੀਜੇ ਤੇ ਡਿਲੀਵਰੀਆਂ ਕਰਨ ਚੱਲੇ ਜਾਂਦਾ ਮੇਰੇ ਕੋ ਟਾਈਮ ਨਿਕਲਦਾ ਮੈਂ ਭੈਣ ਨਾਲ ਗੱਲ ਕਰ ਲੈਣਾ ਵੀ ਜੀ ਇਹ ਬਚਕਾਰ ਮੇਰੇ ਕੋ ਘੰਟਾ ਦੋ ਘੰਟੇ ਲੱਗ ਗਿਆ ਉਹ ਮੈਂ ਸਿਸਟਰ ਨਾਲ ਗੱਲ ਕੀਤੀ ਉਹ ਕਹਿੰਦੇ ਤੇਰਾ ਟਰਸਟ ਯਾਰ ਤੂੰ ਸਰਬਜੀ ਸਿੱਖ ਜਾਇਆ ਕਰ ਆਪਣਾ ਘਰ ਦਾ ਪੀਜਾ ਤੂੰ ਘੰਟਾ ਲੇਟ ਆ ਜੀ ਕੋਈ ਨਹੀਂ ਹੁੰਦਾ ਤਾਂ ਵਿਜੀ ਟਾਈਮ ਆ 5 6 ਵਜੇ ਤਾਂ ਕੋਈ ਨਹੀਂ ਸਾਰ ਲਿਆ ਕਰਾਂਗੇ ਤੇਰਾ ਇੰਟਰਸਟਾ ਤੂੰ ਕਰ ਲੈ ਟਰਾਈ ਕਰ ਲੋ ਉਹ ਬਾਸੀ ਸਾਹਿਬ ਨੇ ਮੈਨੂੰ ਇਹਦਾ ਮਨਾ ਰਹੇ ਆ ਤੇ ਮੈਂ ਉਹਨਾਂ ਕੋ ਮੰਨ ਨਹੀਂ ਸੀ ਰਿਹਾ ਉਹਨਾਂ ਨੇ ਆਖਰਕਾਰ ਮੇਰੇ ਮੋਢੇ ਤੋਂ ਹੱਥ ਛੁਕ ਕੇ ਇਹ ਨਹੀਂ ਕਹਿੰਦੇ ਇੱਕ ਵਾਰ ਟਰਾਈ ਕਰ ਜੀ ਚਲੋ ਜੀ ਮੈਂ ਫਿਰ ਸਿਸਟਰ ਨੂੰ ਪੁੱਛ ਕੇ ਜਾਣਾ ਸ਼ੁਰੂ ਕਰਤਾ ਪਰ ਜਿੱਦਣ ਮੈਂ ਗਿਆ ਤੇ ਮੈਨੂੰ ਆਪਣੇ ਆਪ ਨੂੰ ਚੰਗਾ ਲੱਗਿਆ ਜੋ ਵੀ ਲੈਸਨ ਦਿੱਤਾ ਉਹਨਾਂ ਦਾ ਹਾਰਮੋਨੀਅਮ ਵੀ ਮੈਨੂੰ ਆਪਣੇ ਦਿੱਤਾ ਬਾਸੀ ਸਾਹਿਬ ਨੇ ਪਹਿਲਾਂ ਹਾਰਮੋਨੀਅਮ ਤੇ ਹੱਥ ਕਿੱਦਿਵੇਂ ਕਿਵੇਂ ਰੱਖਣਾ ਫੇਰ ਬਸ ਉਹ ਡੇ ਟੂ ਡੇ ਮੈਂ ਜਾਂਦਾ ਰਿਹਾ ਜੀ ਫੇਰ ਉਹਨਾਂ ਨੇ ਮੈਨੂੰ ਘਰੇ ਸੱਜਣਾ ਸ਼ੁਰੂ ਕਰਤਾ ਇਕੱਲੇ ਨੂੰ ਹੂੰ ਜਦੋਂ ਵੀ ਮੇ ਕੋਲ ਟਾਈਮ ਹੁੰਦਾ ਸੀ ਵੀਕਐਂਡ ਤੇ ਕਿਵੇਂ ਵੀ ਜੀ ਫੇ ਘਰੇ ਮਤਲਬ ਜੇ ਮੈਂ ਕਹਾਂ ਵੀ ਗਾਇਕੀ ਮੇਰੀ ਕਿਦਾਂ ਸ਼ੁਰੂ ਹੋਈ ਹੈ ਜੀ ਉਹ ਸਾਰੇ ਦਾ ਸਾਰਾ ਸਿਹਰਾ ਬਦਰਾਜਬਾਸੀ ਭਾਜੀ ਨੂੰ ਜਾਂਦਾ ਉਹਨਾਂ ਨੇ ਮੈਨੂੰ ਪ੍ਰੇਰਿਆ ਉਹਨਾਂ ਨੇ ਮੈਨੂੰ ਹੌਸਲਾ ਤੇ ਹਿੰਮਤ ਦਿੱਤੀ ਉਸ ਤੋਂ ਬਾਅਦ ਜਦੋਂ ਫਿਰ ਮੈਂ ਆਪਣਾ ਆਪਣਾ ਥਾਣ ਲਿਆ ਆਪਣੇ ਆਪ ਨਾਲ ਕਮਿਟਮੈਂਟ ਕਰ ਲਈ ਹੁਣ ਮੈਂ ਦੇਖੀ ਚੱਲੂ ਹੁਣ ਇੱਕ ਵਾਰੀ ਮੈਂ ਕਰਕੇ ਦੇਖਣਾ ਫਿਰ ਮੈਂ ਮਿਹਨਤ ਜਿਹੜੀ ਹੈ ਜੀ ਫਿਰ ਮੈਂ ਪਾਗਲ ਹੋ ਗਿਆ ਸੀ ਗਾਇਕੀ ਲਈ ਮੈਨੂੰ ਨਹੀਂ ਸੀ ਪਤਾ ਫਿਰ ਮੈਂ ਟਰੱਕ ਵੀ ਲਿਆ ਟਰੱਕ ਦੀ ਡਿਲੀਵਰੀ ਤੇ ਪੀਜ਼ਾ ਡਿਲੀਵਰੀ ਤੇ ਮੈਨੂੰ ਨਹੀਂ ਸੀ ਪਤਾ ਕਿਹੜੀ ਡਿਲੀਵਰੀ ਕਦੋਂ ਹੋਗੀ ਕਦੋਂ ਮੈਂ ਵਾਪਸ ਆ ਗਿਆ ਤਾਂ ਫਿਰ ਮੈਂ ਲਿਖ ਲੈਣਾ ਗਾ ਲੈਣਾ ਤਰਜਾਂ ਬਣਾਈ ਜਾਣੀਆਂ ਗਾਈ ਜਾਣਾ ਗਾ-ਗਾ ਕੇ ਦੂਜੀ ਤਰਜ ਬਣਾ ਲਈ ਉਹ ਗਾ ਮਤਲਬ ਇਧਰ ਮੈਂ ਮਤਲਬ ਇੱਕ ਤਰ੍ਹਾਂ ਦਾ ਫਿਰ ਪਾਗਲ ਹੋ ਗਿਆ ਤਿੰਨ ਚਾਰ ਪੰਜ ਹੁਣ ਤੱਕ ਵੀ ਇਵੇਂ ਹੀ ਹੈ ਜਨੂਨ ਹੈ ਪਰ ਜਿਹੜੋ ਪਹਿਲੇ 4-5 ਸਾਲ ਸੀ ਜਿੰਨਾ ਚਿਰ ਮੈਨੂੰ ਕਾਮਯਾਬੀ ਨਹੀਂ ਮਿਲੀ ਤੇ ਮੈਨੂੰ ਲੱਗਦਾ ਵੀ ਮੈਂ ਜਿੰਨਾ ਵੀ ਆਪਾਂ ਕਹਿ ਦਈਏ ਵੀ ਕੋਈ ਹੱਦ ਨਹੀਂ ਹੁੰਦੀ ਕਿਸੇ ਚੀਜ਼ ਦੀ ਉਸ ਹੱਦ ਤੱਕ ਮੈਂ ਪਾਗਲ ਸੀ ਪਰ ਸਰਪਜੀ ਜੀ ਜਦੋਂ ਅਸੀਂ ਗੱਲ ਕਰਦੇ ਆ ਹੁਣ ਦੇਖੋ ਤੁਸੀਂ ਸਪੋਰਟਸ ਪਸੰਦ ਕਰਦੇ ਸੀ ਤੇ ਤੁਸੀਂ ਭੰਗੜੇ 'ਚ ਆ ਗਏ ਅਚਾਨਕ ਹੀ ਜੀ ਜੀ ਔਰ ਉਸ ਤੋਂ ਬਾਅਦ ਗਾਇਕੀ ਵੱਲ ਵੀ ਤੁਹਾਨੂੰ ਬੜਾ ਵਧੀਆ ਮੌਕਾ ਮਿਲਿਆ ਤੁਸੀਂ ਗਾਇਕੀ ਵੱਲ ਚਲੇ ਗਏ ਤੁਹਾਨੂੰ ਪ੍ਰੇਰਿਤ ਕੀਤਾ ਪਰ ਤੁਸੀਂ ਮਿਹਨਤ ਕੀਤੀ ਜੀ ਉਸ ਸਮੇਂ ਦੇ ਵਿੱਚ ਇੰਨਾ ਕੁਝ ਨਹੀਂ ਸੀ ਜੋ ਕੁਝ ਹੁਣ ਚੱਲਦਾ ਹੁਣ ਤਾਂ ਗਾਇਕ ਬਣਨ ਦੇ ਲਈ ਬਹੁਤੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੁਣ ਤਾਂ ਬਹੁਤ ਕੁਝ ਟੈਕਨੋਲੋਜੀ ਇਹੋ ਜੀ ਆ ਗਈ ਹੈਗੀ ਆ ਕਿ ਬੜਾ ਕੁਝ ਆਸਾਨ ਹੋ ਗਿਆ ਪਰ ਉਦੋਂ ਜਦੋਂ ਕੈਸਟਾਂ ਦਾ ਜਮਾਨਾ ਸੀ ਜਦੋਂ ਇੱਕ ਪੂਰੀ ਐਲਬਮ ਆ ਜਾਂਦੀ ਸੀਗੀ ਉਹਦੇ ਵਿੱਚੋਂ ਲੋਕਾਂ ਦੇ ਕਈ ਗੀਤ ਤਾਂ ਬਹੁਤ ਹਿੱਟ ਹੋ ਜਾਂਦੇ ਸੀ ਕਈ ਗੀਤ ਲੋਕੀ ਸੁਣਦੇ ਵੀ ਨਹੀਂ ਸੀ ਰਹਿ ਵੀ ਜਾਂਦੇ ਸੀ ਸੋ ਤੁਸੀਂ ਜਦੋਂ ਫੇ ਗੀਤਾਂ ਦੀ ਚੋਣ ਕੀਤੀ ਜਦੋਂ ਤੁਸੀਂ ਇੱਧਰ ਪ੍ਰੋਫੈਸ਼ਨਲ ਤੌਰ ਤੇ ਗਾਇਕੀ ਵੱਲ ਆਏ ਉਹ ਤੁਹਾਡੇ ਆਪਣੇ ਲਿਖੇ ਹੋਏ ਗੀਤ ਸੀ ਜਿਹੜੀ ਪਹਿਲੀ ਤੁਹਾਡੀ ਐਲਬਮ ਆਈ ਸੀ ਕਿ ਜਾਂ ਤੁਸੀਂ ਗੀਤ ਕਿਸੇ ਤੋਂ ਲਏ ਸੀ ਕਿਉਂਕਿ ਉਹ ਉਹ ਜਦੋਂ 95 ਦੇ 90 ਸੌਰੀ 93 93 ਚਲੋ 93 ਦੇ ਵਿੱਚ ਜਦੋਂ ਆਈ ਸੀਗੀ ਤੇ ਉਹ ਬੜੀ ਹਿੱਟ ਹੋਈ ਸੀਗੀ ਔਰ ਉਹਦੇ ਗੀਤਾਂ ਦੀ ਚੋਣ ਫੇ ਕਿੱਦਾਂ ਕੀਤੀ ਉਹਦੇ ਵਿੱਚ ਵੀ ਤੁਹਾਡੇ ਉਸਤਾਦ ਦਾ ਹੱਥ ਹੈ ਕਿ ਜਾਂ ਤੁਸੀਂ ਆਪ ਲਿਖੇ ਗੀਤ ਸੀ ਉਹ ਕਿਵੇਂ ਚੁਣੇ ਫੇ ਕਿਵੇਂ ਉਹ ਪੂਰਾ ਉਹਨੂੰ ਸਾਰੇ ਨੂੰ ਇੱਕ ਕਹਿ ਲੋ ਕਿ ਇਕਲਵੰਦ ਦੇ ਰੂਪ ਚ ਕਿਵੇਂ ਲੈ ਕੇ ਆਏ ਹਾਂਜੀ ਬਹਿਨਾ ਬਲਜਿੰਦਰ ਜੀ ਆਗਿਆ ਵਾਸੀ ਸਾਹਿਬ ਤੋਂ ਲਈ ਵੀ ਸਰ ਮੈਨੂੰ ਤੁਸੀਂ ਅਲਾਉ ਕਰੋ ਵੀ ਮੈਂ ਮੈਟਰ ਇਕੱਠਾ ਕਰਨਾ ਮੈਂ ਕੈਸਟ ਕਰਾਉਣ ਨੂੰ ਵੀ ਤੁਸੀਂ ਦੱਸੋ ਉਹ ਕਹਿੰਦੇ ਸਰ ਜੀ ਤੂੰ ਕਰ ਵੀ ਕਮਰਸ਼ੀਅਲ ਮੈਟਰ ਮੇਰੇ ਕੋ ਵੀ ਗਾਣੇ ਹੈ ਕਹਿੰਦੇ ਪਰ ਮੈਂ ਗਾਣੇ ਗੋਣਾ ਮਹਿਫਲੀ ਵੀ ਤੂੰ ਕਰਨਾ ਕਮਰਸ਼ੀਅਲ ਜੋ ਚੱਲਦਾ ਹੂੰ ਤੇ ਉਦੋਂ ਮੈਂ ਖੁਦ ਵੀ ਲਿਖ ਲੈਂਦਾ ਸੀਗਾ ਜੀ ਉਹ ਜਿਹੜੀ ਪਹਿਲੀ ਐਲਬਮ ਆ ਉਹਦੇ ਵਿੱਚ ਚਾਰ ਗੀਤ ਮੇਰੇ ਆਪਣੇ ਲਿਖੇ ਹੋਏ ਜੱਠਾਂ ਦੇ ਵਿੱਚ ਤੇ ਚਾਰ ਗੀਤ ਸਾਡਾ ਇੱਕ ਹੋਰ ਮਿੱਤਰ ਆ ਉਹ ਉਸ ਟਾਈਮ ਕਵੀਸ਼ਰੀ ਵੀ ਕਰਦਾ ਰਿਹਾ ਗਾਇਕ ਬੜਾ ਅੱਛਾ ਸੀ ਉਹਦਾ ਟੀਵੀ ਪ੍ਰੋਗਰਾਮ ਵੀ ਰਿਹਾ ਜੀ ਟ੍ਰਾਂਟੋ ਤੋਂ ਇੱਕਮ ਅਮਰਜੀਤ ਰਾਏ ਅਮਰਜੀਤ ਰਾਏ ਅਸੀਂ ਇਕੱਠੇ ਪੜੇ ਹਾਂ ਜੂ 1 ਸਾਲ ਮੈਨੂੰ ਅੱਗੇ ਸੀ ਉਹਨਾਂ ਨੇ ਪੰਜਾਬੀ ਦੀ ਐਮਏ ਕੀਤੀ ਅਸੀਂ ਹਿਸਟਰੀ ਦੀ ਕੀਤੀ ਹੈ ਜੀ ਮੈਂ ਉਹ 1 ਸਾਲ ਮੈਂ ਤੋਂ ਸੀਨੀਅਰ ਆ ਪਰ ਸਾਡਾ ਪਿਆਰ ਬੜਾ ਸੀ ਕਵੀਸ਼ਰੀ ਦੇ ਜਿੰਨੇ ਫੰਕਸ਼ਨ ਸਰਕਲ ਚ ਉਹ ਸਾਰੇ ਜੋਗਾ ਸੰਗ ਜੋਗੀ ਉਹਨਾਂ ਦੀ ਟੀਮ ਚ ਹੁੰਦਾ ਸੀ ਅਮਰਜੀਤ ਅਸੀਂ ਸੋਢੀ ਕਹਿੰਦੇ ਹਾਂ ਉਹਨੂੰ ਤੇ ਉਹ ਉਹਨਾਂ ਨੂੰ ਸਾਰੇ ਉਹੀ ਕਰਦੇ ਹੁੰਦੇ ਸੀ ਅੱਛਾ ਉਹ ਅਮਰਜੀਤ ਬਹੁਤ ਅੱਛਾ ਲਿਖ ਲੈਂਦਾ ਸੀ ਗਾਣੇ ਬਹੁਤ ਅੱਛੇ ਲਿਖ ਲੈਂਦਾ ਸੀ ਮੇਰਾ ਪਿਆਰ ਸਿਗਾ ਜੀ 몰ਾਂ ਦੀ ਦੌੜ ਮਸੀਦ ਤੱਕ ਨਾ ਜੀ 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 ਬਿਲਕੁਲ ਹਾਂ ਜੀ ਬਹੁਤਾ ਸਰਕਲ ਵੀ ਹੈ ਨਹੀਂ ਸੀ ਨੌਲੇਜ ਵੀ ਇੰਨੀ ਨਹੀਂ ਸੀ ਅਨਾੜੀ ਸਿਗੇ ਉਹ ਫਿਰ ਮੈਂ ਜੋ ਸਾਨੂੰ ਠੀਕ ਲੱਗਾ ਮੈਂ 바ਸੀ ਸਾਹਿਬ ਨੂੰ ਵੀ ਸੁਣਾਏ ਵੀ ਆ ਚਾਰ ਗੀਤ ਸਾਰਾ ਇਦਾਂ ਆ ਤੇ ਚਾਰ ਗੀਤ ਮੈਂ ਅਮਰਜੀਤ ਸੋਢੀ ਰਾਏ ਤੋਂ ਲੈ ਆ ਉਹ ਚਾਰ ਗੀਤ ਉਹ ਚਰਾਏ ਸਾਹਿਬ ਦੇ ਸੀਗੇ ਜੀ ਤੇ ਚਾਰ ਕੀਤੇ ਮੇਰੇ ਆਪਣੇ ਸੀਗੇ ਹਾਂਜੀ ਉਹ ਅਸੀਂ ਅਠਾ ਗੀਤਾਂ ਦੀ ਰਿਕਾਰਡਿੰਗ ਕੀਤੀ ਉਹ ਮੈਂ ਇੱਕ ਗੱਲ ਹੋਰ ਇੱਥੇ ਤੁਹਾਡੇ ਨਾਲ ਐਡ ਕਰਦਾ ਉਹ ਜਿਹੜੀ ਮੇਰੀ ਪਹਿਲੀ ਤੇ ਦੂਜੀ ਉਸ ਤੋਂ ਬਾਅਦ ਵਾਲੀ ਵੀ ਖੱਟਾ ਡੂਰੀਆ ਇਹ ਦੋਨੇ ਐਲਬਮਸ ਜਿਹੜੀਆਂ ਇਹ ਲਾਈਵ ਰਿਕਾਰਡ ਹੋਈਆਂ ਸੀਗੀਆਂ ਜੀ ਲਾਈਵ ਤੋਂ ਸਮਝਦੇ ਆ ਵੀ ਉੱਥੇ ਹੀ ਸਾਜੀ ਬੈਠੇ ਨੇ ਉੱਥੇ ਹੀ ਬੈਠੇ ਤੇ ਉੱਥੇ ਗਾਏ ਉੱਥੇ ਸੋਹਰਾ ਕਲਾ ਕਲਾ ਇਨਸਟਰੂਮੈਂਟ ਵਾਲਾ ਬੰਦਾ ਉੱਥੇ ਨਾਲ ਹੀ ਇਨਸਟਰੂਮੈਂਟ ਵੱਜ ਰਿਹਾ ਤੇ ਨਾਲ ਹੀ ਸਿੰਗਰ ਗਾ ਰਿਹਾ ਜੀ ਉਹ ਇਸੇ ਤਰੀਕੇ ਦੇ ਨਾਲ ਉਦੋਂ ਰਿਕਾਰਡਿੰਗ ਚੱਲਦੀ ਉਸ ਤੋਂ ਬਾਅਦ ਫੇਰ ਟੈਕਨੀਕ ਆਈ ਹੈ ਜਿਹੜੀ ਬਈ ਆਵਾਜ਼ ਇਕੱਲੀ ਕਰ ਲੈਣੀ ਜਾਂ ਸਾਜ਼ ਪਹਿਲਾਂ ਪਰ ਲੈਣੇ ਸਾਜ਼ਾਂ ਨੂੰ ਫੋਲੋ ਕਰਕੇ ਇਕੱਲੇ ਸਿੰਗਰ ਨੇ ਗਾ ਦੇਣਾ ਸਾਜ਼ ਤੂੰ ਸੁਣੀ ਜਾਣੇ ਹੈੱਡਫੋਨ ਦੇ ਵਿੱਚ ਤਾਂ ਆਪਣਾ ਗਾ ਲੈਣਾ ਉਹ ਵੀ ਮੈਂ ਗੱਲ ਕੀਤੀ ਕਿ ਜਦੋਂ ਲਾਈਵ ਜਿਹੜੀ ਰਿਕਾਰਡਿੰਗ ਹੁੰਦੀ ਸੀ ਉਹ ਬੜੀ ਔਖੀ ਸੀ ਬਹੁਤ ਔਖੀ ਸੀ ਪਰ ਸਾਜ਼ੀ ਵਜਾ ਰਹੇ ਆ ਤੁਸੀਂ ਲਾਈਵ ਰਿਕਾਰਡਿੰਗ ਕਰ ਰਹੇ ਹੈਗੇ ਹੁਣ ਤਾਂ ਬੜਾ ਕੁਝ ਆ ਗਿਆ ਹੁਣ ਤਾਂ ਸੌਖਾ ਹੋ ਗਿਆ ਗਾਇਕੀ ਬੜੀ ਸੌਖੀ ਹੋ ਗਈ ਤੁਸੀਂ ਵਾਰ-ਵਾਰ ਰੋਕ ਨਹੀਂ ਸਕਦੇ ਬਿਲਕੁਲ ਜੀ ਔਰ ਉੱਥੇ ਤੁਸੀਂ ਜਿਹੜਾ ਲਾਈਵ ਤੇ ਕਰਨਾ ਆ ਉਹ ਇੱਕ ਕਲਾ ਦਾ ਪ੍ਰਦਰਸ਼ਨ ਵੀ ਹੁੰਦਾ ਸੀ ਉੱਥੋਂ ਪਤਾ ਲੱਗਦਾ ਸੀ ਤਦ ਹੀ ਜਿਹੜੇ ਹੰਡੇ ਹੋਏ ਆਰਟਿਸਟ ਐ ਜਿਨ੍ਹਾਂ ਨੇ ਇਸ ਤਰ੍ਹਾਂ ਤਪੱਸਿਆ ਕਰਕੇ ਸਿੱਖੀ ਐ ਤੇ ਉਹਨਾਂ ਨੂੰ ਸਟੇਜ ਲਾਉਂਦੇ ਆ ਦੋ ਦੋ ਢਾਈ ਢਾਈ ਘੰਟੇ ਤੋਂ ਉਹਨਾਂ ਲਈ ਕੋਈ ਖਾਸ ਗੱਲ ਹੈ ਹੀ ਨਹੀਂ ਕਿ 4 ਘੰਟੇ ਝੱਟ ਲੱਗ ਜਾਂਦੇ ਜੀ ਚਾਟੀ ਲਾ ਲੈਂਦੇ ਆ ਨੱਚਦੇਆਂ ਨੂੰ ਵੀ ਸਾਹ ਨਹੀਂ ਚੜਦਾ ਗਾਉਂਦੇਆਂ ਨੂੰ ਵੀ ਸਾਹ ਨਹੀਂ ਚੜਦਾ ਬੜਾ ਵਧੀਆ ਨਾਲ ਨੱਚਦੇ ਭੰਗੜਾ ਪਾਉਂਦੇ ਨਾਲ ਗਾਉਂਦੇ ਸਟੇਜ ਉਹਨਾਂ ਦੀ ਦੇਖਣੀ ਵਾਕਿਆ ਹੀ ਵਾਕ ਕਮਾਲ ਪਿੰਡਾਂ 'ਚ ਜਦੋਂ ਸਟੇਜ ਲੱਗਦੀ ਸੀ ਕੋਈ ਮੇਲੇ ਲੱਗਦੇ ਸੀ ਜਾਂ ਵਿਆਹਾਂ ਸ਼ਾਦੀਆਂ 'ਚ ਤਾਂ ਚਾਰ ਪਿੰਡ ਇਕੱਠੇ ਹੋ ਜਾਂਦੇ ਸੀ ਵੀ ਫਲਾਨੇ ਗਾਇਕ ਨੇ ਆ ਜਉਣਾ ਐ ਹਾਂ ਹੂੰ ਪਿੰਡਾਂ ਦੇ ਖਾੜਿਆਂ ਤੱਕ ਬੜਾ ਅਸਰ ਸੀਗਾ ਉਹ ਬੜਾ ਅਸਰ ਸੀਗਾ ਤੇ ਜਦੋਂ ਅਸੀਂ ਗੱਲ ਕਰਦੇ ਹੁਣ ਗਾਇਕੀ ਦੇ ਵਿੱਚ 25 ਬਾਰੇ ਤੋਂ ਤੁਸੀਂ ਬਹੁਤ ਪਹਿਲਾਂ ਪੂਰੇ ਕਰ ਲਏ ਹੁਣ ਤੱਕ 31 ਕ ਬਾਰੇ ਹੋ ਗਏ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ ਜਿੱਥੇ ਤੁਸੀਂ ਗਾਇਕੀ ਦੇ ਵਿੱਚ ਆਪਣਾ ਭੰਗੜੇ ਦੇ ਨਾਲ ਤੁਹਾਡੀ ਜਿਹੜੀ ਸ਼ੁਰੂਆਤ ਹੋਈ ਸੀ ਫੇ ਗਾਇਕੀ 'ਚ ਗਏ ਫੇ ਦੋਨੇ ਇਕੱਠੇ ਲੈ ਕੇ ਚੱਲਦੇ ਰਹਿ ਤੁਸੀਂ ਕਿਉਂਕਿ ਜਦੋਂ ਸਟੇਜ ਤੇ ਤੁਹਾਨੂੰ ਪਰਫਾਰਮ ਕਰਦੇ ਦੇਖਦੇ ਸੀ ਜਿੰਨਾ ਤੁਸੀਂ ਅਵਾਜ਼ ਚ ਦਮ ਸੀ ਉਤੋਂ ਜ਼ਿਆਦੀਆਂ ਭੰਗੜੇ ਦੀਆਂ ਸ਼ਾਲਾਂ ਚ ਦਮ ਸੀ ਔਰ ਇਹ ਲੋਕ ਪਸੰਦ ਕਰਦੇ ਸੀ ਤੇ ਫਿਰ ਫਿਲਮਾਂ ਵੱਲ ਮੋੜ ਕਿਵੇਂ ਹੋ ਗਿਆ ਇਹ ਫਿਲਮਾਂ ਦਾ ਨਾ ਇੱਕ ਬਲਜਿੰਦਰ ਜੀ ਦੌਰ ਹੁੰਦਾ ਜਿਵੇਂ ਜਦੋਂ ਗਰਦਾਸ ਭਾਜੀ ਫਿਲਮਾਂ ਚ ਆਏ ਹੋਣੇ ਆ ਜੀ ਉਦੋਂ ਅਸੀਂ ਹਲੇ ਕਾਲਜ ਸਟਾਰਟ ਕੀਤਾ ਸੀ ਮੈਨੂੰ ਯਾਦ ਜਦੋਂ ਮਾਮਲਾ ਗੜਬੜਾਈ ਹਾਂ ਬਿਲਕੁਲ ਜੀ ਔਰ ਮਤਲਬ ਸੁਪਨਾ ਲੈਣਾ ਵੀ ਉਦੋਂ ਇੱਕ ਬਹੁਤ ਵੱਡੀ ਗੱਲ ਲੱਗਦੀ ਸੀ ਇਸ ਲਾਈਨ ਚ ਆਉਣਾ ਤਾਂ ਸੋਚਿਆ ਹੀ ਨਹੀਂ ਸੀ ਕਦੀ ਪਰ ਚੰਗਾ ਬਹੁਤ ਲੱਗਦਾ ਸੀ ਮੈਂ ਤੇ ਹੁਣ ਤੁਹਾਡੀ ਇੱਕ ਗੱਲ ਕਹਿੰਦਾ ਵੀ ਮੈਨੂੰ ਸ਼ੌਂਕ ਭਾਵੇਂ ਨਹੀਂ ਸੀ ਗਾਉਣ ਦਾ ਬਟ ਇੰਨਾ ਮੈਨੂੰ ਯਾਦ ਹੈ ਜਦੋਂ ਤੋਂ ਸੁਰਤ ਸੰਭਾਲੀ ਹੈ ਜੀ ਸਾਡੇ ਘਰੇ ਸਾਡੇ ਪਾਪਾ ਜੀ ਹੋਣੀ ਸਾਡੇ ਤਾਇਆ ਜੀ ਹੋਣੀ ਸਾਡੇ ਬਾਪੂ ਜੀ ਸਦਾਦਾ ਜੀ ਨੂੰ ਬਾਪੂ ਜੀ ਕਹਿੰਦੇ ਇਹ ਬਹੁਤ ਵਧੀਆ ਜੇ ਕਿਤੇ ਉਦੋਂ ਇਹ ਸਾਰੇ ਜਾਣੇ ਕਿਤੇ ਆਪਣੇ ਆਪਣੇ ਸਮੇਂ ਸਿਰ ਗਾਉਣ ਲੱਗੇ ਹੁੰਦੇ ਇਹ ਸਾਰੀ ਹਿੱਟ ਹੋਣੇ ਸੀ ਬਹੁਤ ਅੱਛਾ ਸਾਡੇ ਤਾਇਆ ਜੀ ਹੋਣੀ ਦਾਦਾ ਜੀ ਤੇ ਪਾਪਾ ਜੀ ਪਾਪਾ ਜੀ ਨੂੰ ਹੁਣ ਵੀ ਸਾਡੇ ਹੁੰਦਾ ਹੰਡਰਡਸ ਆਫ ਕਲੀਆਂ ਤੇ ਵਾਜਾਂ ਪੁਰਾਣੀਆਂ ਯਾਦ ਨੇ ਮੂੰਹ ਜਾਨ ਹੂੰ ਔਰ ਮੇਰੇ ਨਾਲੋਂ ਕਿਤੇ ਹੀ ਵਧੀਆ ਆਵਾਜ਼ ਹੂੰ ਤੇ ਚਲੋ ਉਹ ਉਹ ਕਿਤੇ ਬਲੱਡ ਚ ਹੁੰਦੀਆਂ ਜੀ ਇਹ ਚੀਜ਼ਾਂ ਨਾ ਤੇ ਹੁਣ ਆਪਾਂ ਗੱਲ ਕਰੀਏ ਤੁਹਾਡਾ ਸਵਾਲ ਆ ਜੀ ਫਿਲਮ ਦਾ ਹਨ ਜੀ ਇਹ ਫਿਲਮ ਦਾ ਵੀ ਉਦੋਂ ਜਦੋਂ ਕਰਤਾਰਸ ਪਾਜੀ ਮਤਲਬ ਕੱਲੇ ਆਉਂਦੇ ਸੀਗੇ ਤੇ ਚੰਗਾ ਬੜਾ ਲੱਗਦਾ ਸੀ ਗਾਇਕੀ ਸ਼ੁਰੂ ਹੋਗੀ ਗਾਇਕੀ ਤੇ ਬੜਾ ਡਰ ਰਹਿਣਾ ਵੀ ਵੀ ਮੈਦਾਨ ਬਹੁਤ ਸਖਤ ਆ ਬਿਲਕੁਲ ਜੀ ਕੰਪੀਟੀਸ਼ਨ ਚਾਤ ਮਾਰਨੀ ਮੋਰੇ ਨਾ ਹੂੰ ਐਦਾਂ ਲੱਗਣਾ ਵੀ ਸ਼ੁਰੂ ਤਾਂ ਕਰ ਲਿਆ ਕੀ ਬਣੂੰਗਾ ਕਿ ਕੰਮਕਾਰ ਵੀ ਛੱਡਣਾ ਪਿਆ ਰਿਹਾ ਵਿੱਚ ਇੰਡੀਆ ਜਾਣਾ ਐਲਬਮ ਆ ਰਿਕਾਰਡ ਕਰਨੀਆਂ ਸ਼ੂਟ ਕਰਨੇ ਪੈਸੇ ਵੀ ਖਰਚਣੇ ਇੱਥੇ ਅੱਡਾ ਗੱਡਾਈ ਬੰਨਣਾ ਡਰ ਬਹੁਤ ਲੱਗਣਾ ਪਰ ਹੁਣ ਐਸੀ ਵੀ ਮੈਦਾਨ ਚ ਕੁੱਦੇ ਹੋਏ ਸੀਗੇ ਜੀ ਹੂੰ ਕੁੱਦੇ ਹੋਏ ਸੀ ਤਾਂ ਫੇਰ ਤਾਂ ਤੁਹਾਨੂੰ ਹਾਂ ਜੇ ਕੋਦੀ ਪਏ ਇੱਕ ਵਾਰੀ ਫੇ ਤਾਂ ਕਰਕੇ ਵਾਹ ਤਾਂ ਫੇ ਲਾਉਣੀ ਪੈਣੀ ਆ ਲਾਉਣੀ ਪੈਣੀ ਲਾਉਣੀ ਚਾਹੀਦੀ ਵੀ ਆ ਬਾਕੀ ਉਹਦੇ ਹੱਥ ਡੋਰਾ ਔਰ ਉਹ ਸਟੈਪ ਬਾਈ ਸਟੈਪ ਜੀ ਜਿਹੜੀ ਪਹਿਲੀ ਐਲਬਮ ਸਾਡੀ ਹਾਜ਼ਰੀ ਲੱਗੀ ਪਰ ਉਹ ਇੰਨੀ ਜ਼ਿਆਦਾ ਮਕਬੂਲ ਨਹੀਂ ਹੋਈ ਜੋਨੀ ਬੱਲੇ ਬੱਲੇ ਨਹੀਂ ਹੋਈ ਵੀ ਲੋਕੀ ਟੁੱਟ ਕੇ ਪਏ। ਹੂੰ। ਦੂਜੀ ਉਸ ਤੋਂ ਬਾਅਦ ਫਿਰ ਉਹਤੇ ਮਿਹਨਤ ਕੀਤੀ ਜੀ। ਚਲੋ ਇਹ ਮੈਂ ਤੁਹਾਨੂੰ ਬਾਅਦ ਚ ਕਰਦਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਵੀ ਜਿਹੜੀ ਫਿਲਮ ਦਾ ਸੀਗੀ ਜੀ ਗੱਲ। ਜਦੋਂ ਮੇਰੀ ਰੰਗਲਾ ਪੰਜਾਬ ਐਲਬਮ ਉਹ ਤੀਸਰੀ ਸੀ। ਜੀ। ਜਦੋਂ ਸੁਪਰ ਟੂਪਰ ਹਿੱਟ ਹੋਈ ਉਹ ਘਰ ਘਰ ਗਈ 96 ਵਿੱਚ। ਤਾਂ ਮੇਰੇ ਕੋਲ ਇੱਕ ਵਾਲ ਢੱਲੋਂ ਸਾਹ ਤੇ ਸੁਖਵੰਤ ਢੱਡਾ ਪਾਜੀ ਜਿਹੜਾ ਨੇ ਇੱਕ ਚਾਦਰ ਮੈਲੀ ਸੀ ਹੋਰ ਫਿਲਮਾਂ ਹਿੰਦੀ ਦੀਆਂ ਬਹੁਤ ਬਣਾਈਆਂ ਜੀ। ਵਾਰਿਸ ਵਰਗੀਆਂ ਫਿਲਮਾਂ ਇਕਵਾਟ ਢੋਲੋਂ ਦੀਆਂ ਬਹੁਤ ਹਿੱਟ ਫਿਲਮਾਂ ਸੀ ਐਜ਼ ਅ ਪ੍ਰੋਡਿਊਸਰ ਪੁੱਤ ਜੱਟਾਂ ਦੇ ਬਦਲਾ ਜੱਟੀ ਦਾ ਨਾ ਤੇ ਮੈਂ ਕਿਹਾ ਯਾਰ ਬੰਦੇ ਵੱਡੇ ਨੇ ਦੋਨੋਂ ਵੀ ਮੇਰ ਕੋ ਆਏ ਆ ਮਿਆ ਨਾੜੀ ਆ ਵੀ ਮੈਨੂੰ ਮੈਂ ਕਨਫਿਊਜ਼ ਹੋ ਗਿਆ ਜੀ ਮੈਂ ਵਾਈਫ ਨਾਲ ਸਲਾਹ ਕੀਤੀ ਕਮਲਜੀਤ ਨਾਲ ਯਾਰਾ ਮਿਤਰਾ ਨਾਲ ਵੱਡੇ ਭਰਾ ਨਾਲ ਤਾਂ ਮੈਨੂੰ ਇਦਾਂ ਦਾ ਹੰਗਾਰਾ ਜਿਹਾ ਮਿਲਿਆ ਤਾਂ ਮੈਨੂੰ ਵੀ ਇਹ ਲੱਗਣ ਲੱਗਾ ਮੈਨੂੰ ਫਿਰ ਨਹੀਂ ਕਰਨੀ ਚਾਹੀਦੀ ਹਲੇ ਵੀ ਮੈਂ ਨਮਾਇਆ ਜੀ ਤੇ ਮੈਂ ਉਹਨਾਂ ਨੂੰ ਘਰ ਆਇਆ ਨੂੰ ਮੈਂ ਨਾ ਕਰਤੀ ਮੈਂ ਕਪਾਜੀ ਵੀ ਮੈਂ ਹੱਲੇ ਕੰਫਰਟੇਬਲ ਨਹੀਂ ਜੀ ਮੈਂ ਹੱਲੇ ਨਾ ਵੀ ਮੈਂ ਨਾ ਆਇਆ ਹੂੰ ਮੈਂ ਹੋ ਸਕਦਾ ਮੈਂ ਗਲਤ ਸਟੈਪ ਲੈ ਰਿਹਾ ਹਾਂ ਪਰ ਮੇਰੇ ਹੱਲੇ ਅੰਦਰੋਂ ਜਿਹੜਾ ਮੇਰਾ ਮਨ ਆ ਨਾ ਜੀ ਉਹ ਹੱਲੇ ਜੰਮ ਨਹੀਂ ਰਿਹਾ ਕਿ ਮੈਂ ਐਕਟਿੰਗ ਕਰਾਂ ਤੇ ਮੈਂ ਉਹਨੂੰ ਸੌਰੀ ਕਹਿ ਕੇ ਚਾਹ ਪਾਣੀ ਪਿਲਾ ਕੇ ਜੀ ਉਹ ਚਲੇ ਗਏ ਉਹ ਕਹਿੰਦੇ ਆ ਫੇਰ ਵੀ ਸੋਚ ਰਹਿ ਸਰਬਜੀਤ ਸਾਨੂੰ ਦੱਸ ਦੇਈ ਬਈ ਤੂੰ ਕਰ ਲੇਂਗਾ ਤਾਂ ਬਹੁਤ ਵਧੀਆ ਚਲੋ ਉਹ ਮੈਂ ਨਾ ਕਰਤੀ ਜੀ ਵੇਲਾ ਗੁਜ਼ਰ ਗਿਆ 96 ਤੋਂ ਬਾਅਦ 97 98 99 2001 ਤੇ 2001 ਦੇ ਲਾਸਟ ਆਪਣੀ ਐਲਬਮ ਆਈ ਜੀ ਰੰਗ ਹੂੰ ਰੰਗ ਰਾਰਾ ਰੀਰੀ ਰਾਰਾ ਜੀ ਦੇਖੋ ਬਹੁਤ ਇਹਦੇ ਸਾਰੇ ਹੀ ਗਾਣੇ ਹਿੱਟ ਹੋਏ ਜੀ ਪੈਸਾ ਜੇ ਮੈਨਰੇ ਚਾਹੀ ਜਾਂਦਾ ਮੇਲਾ ਦੋ ਘੜੀਆਂ ਇਹ ਐਲਬਮ ਇਦਾਂ ਦੀ ਬਣ ਗਈ ਜੀ ਉਸ ਐਲਬਮ ਤੋਂ ਸੇਮ ਹੀ ਟੀਮ ਜਿਹੜੀ ਹੈ ਜੀ ਉਹਨਾਂ ਨੇ ਬਚਕਾਰ ਹੋਰ ਵੀ ਕੰਮ ਕੀਤਾ ਜੀ ਪਰ ਉਹਨੂੰ ਫੇਲ ਲੱਗਾ ਵੀ ਹੁਣ ਹੋਰ ਵੀ ਇੱਕ ਦੋ ਸਿੰਗਰ ਆ ਗਏ ਆ ਆਪਾਂ ਹੁਣ ਸਰਜੀਤ ਨੂੰ ਪੁੱਛ ਕੇ ਦੇ ਹੂੰ ਮੈਨੂੰ ਕੁਵਾਲ ਢਿੱਲੋਂ ਸਾਹਿਬ ਦੇ ਨੰਬਰ ਤੋਂ ਕਾਲ ਆਈ ਨੰਬਰ ਮੇਰੇ ਕੋਲ ਸੇਵ ਸੀ ਕਹਿੰਦੇ ਵਾ ਸਰਬਜੀਤ ਉਹੀ ਬੰਦੇ ਅਸੀਂ ਫੇਰ ਆਪਾਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਭਾਜੀ ਫਿਲਮ ਦੇ ਰਿਗਾਰਡਿੰਗ ਕਹਿੰਦੇ ਮੈਂ ਕਿਹਾ ਆਜੋ ਹੂੰ ਜਾਨੀ ਦਿਲ ਨੇ ਹਾਂਮੀ ਭਰ ਦਿੱਤੀ ਕਿ ਹੁਣ ਮੈਂ ਰੈਡੀ ਆ ਵੀ ਰੈਡੀ ਆ ਵੀ ਆਪਾਂ ਗੱਲ ਕਰ ਲਈਏ ਤੁਸੀਂ ਆਜੋ ਮੈਂ ਤੁਹਾਡੀ ਗੱਲ ਸੁਣਾ ਤੁਸੀਂ ਕੀ ਚਾਹੁੰਦੇ ਹੋ ਤਾਂ ਫਿਲਮ ਕੀ ਆ ਕਹਾਣੀ ਕੀ ਆ ਮੇਰਾ ਕੀ ਰੋਲ ਆ ਹੂੰ ਉਹ ਜਦੋਂ ਮੈਂ ਸਭ ਕੁਝ ਦੇਖਿਆ ਵੀ ਪਾਕਿਸਤਾਨ ਦੀ ਰੀਮੇਕ ਹੈ ਪਿੰਡ ਦੀ ਕੁੜੀ ਦਾ ਔਰ ਟੀਮ ਬੜੀ ਅੱਛੀ ਹੈ ਟੱਡਾ ਸਾਹਿਬ ਇੱਕ ਵਾਰ ਢੱਲੋਂ ਸਾਹਿਬ ਨੇ ਪੈਸੇ ਲਾਉਣੇ ਆ ਔਰ ਪਾਕਿਸਤਾਨ ਦੀ ਕੁੜੀ ਆ ਬੀਨਾ ਮਲਕ ਸ਼ੀਬਾ ਪੱਟ ਅਸ਼ਰਫ ਰਾਹੀ ਤਾਰਿਕ ਯਾਵੇਦ ਸਾਹਿਬ ਉਹ ਸਾਰੇ ਆਰਟਿਸਟ ਕੁਗੀ ਗੁਰਪ੍ਰੀਤ ਕੁਗੀ ਨੂੰ ਤੇ ਮੈਨੂੰ ਲੱਗਾ ਵੀ ਮੈਨੂੰ ਇਹ ਵੇਲਾ ਖੰਜੋਣਾ ਨਹੀਂ ਚਾਹੀਦਾ ਤੇ ਮੈਂ ਉਹਨਾਂ ਨੂੰ ਜੈਸਵੀ ਕਰਤੀ ਮੈਂ ਕਿਹਾ ਪਰਵਾ ਜੀ ਇੱਕ ਸ਼ਰਤ ਹੈ ਵੀ ਮੇਰਾ ਹਲੇ ਸ਼ੋਜ਼ ਦਾ ਸੀਜ਼ਨ ਚੱਲਦਾ ਇੱਕ ਦਿਨ ਵੀ ਖਾਲੀ ਨਹੀਂ ਵੀ ਮੈਨੂੰ ਉਸ ਤੋਂ ਬਾਅਦ ਜਦੋਂ ਗਰਮੀਆਂ ਆਈਆਂ ਵੀ ਮੈਨੂੰ 4-5 ਮਹੀਨੇ ਚਾਹੀਦੇ ਆ ਜੀ ਮੈਂ ਸ਼ੋ ਵੀ ਕੈਨਸਲ ਕਰਨੇ ਬਾਹਰਲੇ ਵੀ ਮੈਂ ਬੰਬੇ ਜਾ ਕੇ ਮੈਂ ਇਹਦੀ ਗ੍ਰਾਮਰ ਜਿਹੜੀ ਆ ਜੀ ਊੜਾੜਾ ਹੂੰ ਫਿਲਮਾਂ ਦਾ ਐਕਟਿੰਗ ਦਾ ਜੀ ਤੇ ਮੈਂ ਇੱਥੋਂ ਪਤਾ ਕੀਤਾ ਜੀ ਕਿਸੇ ਤੋਂ ਵੀ ਬੰਬੇ ਕੌਣ ਨੇ ਜਿਹੜੇ ਮਤਲਬ ਜਿਹੜੇ ਪੰਜਾਬੀ ਸਮਝਦੇ ਹੋਣ ਜੀ ਉਹ ਕਹਿੰਦੇ ਜੀ ਅਨੰਦ ਮਿਸ਼ਰਾ ਕਰਕੇ ਬੰਦਾ ਹੂੰ ਬੰਬੇ ਰਹਿੰਦਾ ਵੀ ਜੂਹੂ ਸਾਈਡ ਆ ਹੂੰ ਮੈਂ ਉਹਦਾ ਨੰਬਰ ਪਾਇਦਾ ਕੀਤਾ ਜੀ ਸੁਕਵੰਤਾ ਦਾ ਸਾਹਬ ਦਾ ਉਹਨਾਂ ਨੰਬਰ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਸਰ ਮੈਂ ਕਹਿੰਦੇ ਵੀ ਤੂੰ ਐਕਟਿੰਗ ਕੀਤੀ ਮੈਂ ਕਿਹਾ ਜੀ ਮੈਂ ਬਿਲਕੁਲ ਨਹੀਂ ਕੀਤੀ ਵੀ ਮੈਂ ਸਿੰਗਰ ਬੰਦਾ ਪਹਿਲਾਂ ਸਪੋਰਟ ਸੀ ਵੀ ਮੈਂ ਸਿੰਗਿੰਗ 'ਚ ਆ ਗਿਆ ਵੀ ਮੈਂ ਵੀਡੀਓ ਕੀਤੇ ਆ ਵੀ ਜੇ ਕੋਈ ਕੋਈ ਥੀਏਟਰ ਜਾਂ ਐਕਟਿੰਗ ਕੋਈ ਮੈਂ ਨਹੀਂ ਕੀਤੀ ਵੀਡੀਓ ਦੇ ਵਿੱਚ ਜੋ ਜਿੰਨਾ ਕੰਮ ਹੈ ਉਹ ਕੀਤਾ ਉਹ ਕਹਿੰਦੇ ਯਾਰ ਤੇਰੀ ਗੱਲ ਬਾਤ ਤੋਂ ਮੈਨੂੰ ਲੱਗਦਾ ਤੂੰ ਆ ਜਾ ਕਦੋਂ ਆਉਣਾ ਮੈਂ ਕਿਹਾ ਜੀ ਮੈਂ ਪਹਿਲੀ ਮਈ ਨੂੰ ਹਮ ਸਾਕੋਸ਼ ਮੈਂ ਆਪਣੇ ਸ਼ੋਅ ਵਗੈਰਾ ਛੱਡੇ ਆ ਵੀ ਪਹਿਲੀ ਮਈ ਨੂੰ ਜੇ ਮੈਂ ਆਵਾਂ ਤਾਂ ਤੁਸੀਂ ਅਵੇਲੇਬਲ ਹੋ ਉਹ ਕਹਿੰਦੇ ਛੋਟੇ ਵੀ ਰਾਜ ਆਵੀ ਮੈਂ ਜਿਆ ਕਿ ਉਹ ਤੋਂ ਛੋਟਾ ਜਿਹਾ ਹੋਟਲ ਲੈ ਲਿਆ ਸਸਤਾ ਜਿਹਾ ਜੀ ਜਿਹੜਾ ਬਹੁਤਾ ਮਹਿੰਗਾ ਨਹੀਂ ਸੀ ਹੂੰ ਉਹਦੇ ਵਿੱਚ ਮਰਿਆ ਜੀ 4 ਮਹੀਨੇ 4 ਮਹੀਨੇ ਟ੍ਰੇਨਿੰਗ ਹੀ ਰਹੀ ਉੱਥੇ ਹਾਂਜੀ ਹਾਂਜੀ ਇੱਕ ਦੋ ਵਾਰੀ ਮੈਂ ਜਲੰਧਰ ਗਿਆ ਇੱਕ ਦੋ ਦਿਨ ਵਾਸਤੇ ਜਾ ਕੇ ਵਾਪਸ ਤੇ ਉਹ ਮਿਸ਼ਰਾ ਸਾਹਿਬ ਦੇ ਨਾਲ ਜਿਹੜੀ ਸੰਗਤ ਆ ਜੀ ਉਹਨਾਂ ਨੇ ਮਤਲਬ ਪੂਰੀ ਕੋਸ਼ਿਸ਼ ਕੀਤੀ ਮੈਨੂੰ ਚਲੋ ਜੋ ਕੁਝ ਵੀ ਮੈਨੂੰ ਖੜਨਾ ਕੈਮਰਾ ਫੇਸ ਕਰਨਾ ਡਾਇਲੌਗ ਡਿਲੀਵਰ ਕਰਨਾ ਕੋਸ਼ਿਸ਼ ਤੇ ਕੋਈ ਬੰਦਾ ਪਰਪੱਕ ਤੱਕ ਅਧੀਨ ਨਹੀਂ ਹੁੰਦਾ ਔਰ ਇਹ ਮੈਨੂੰ ਆਪਣੇ ਆਪ ਤੇ ਹਮੇਸ਼ਾ ਹੀ ਰਹਿੰਦਾ ਵੀ ਯਾਰ ਹਾਂ ਵੀ ਉਹਨਾਂ ਦਿਨਾਂ ਦੇ ਵਿੱਚ ਮੈਂ ਜੇ ਇਹ ਟਾਈਮ ਦਾ ਜਿਹੜਾ ਮੈਂ ਡਿਸੀਜਨ ਲਿਆ ਵੀ ਮਿਸ਼ਰਾ ਸਾਹਿਬ ਹੁਣ ਵੀ ਮੈਂ ਕਦੀ ਵੀ ਵੀਡੀਓ ਕਾਲ ਕਰ ਲਵਾਂ ਕੋਈ ਵੀ ਗੱਲਬਾਤ ਹੈ ਉਹਨਾਂ ਦਾ ਸੁਜੈਸ਼ਨ ਆ ਤੇ ਉਹ ਅਕਸਰ ਹੀ ਮੇਨਾ ਟੱਚ 'ਚ ਵੀ ਰਹਿੰਦੇ ਮੈਂ ਉਹਨਾਂ ਨਾਲ ਟੱਚ ਦੇ ਵਿੱਚ ਰਹਿੰਦਾ ਅਕਸਰ ਕਿਹਾ ਜਾਂਦਾ ਕਿ ਜਿਹੜੇ ਆਰਟਿਸਟ ਆ ਸਿੰਗਰ ਆ ਉਹ ਆਪਣੀ ਕੋਈ ਵੀ ਗੀਤ ਆ ਉਹਦੇ ਵਿੱਚ ਆਪਣੀ ਜਿਹੜੀ ਐਕਟਿੰਗ ਕਰਦੇ ਆ ਤੇ ਮੋਸਟ ਸਿੰਗਰ ਫੇ ਮੁੜ ਕੇ ਫਿਲਮਾਂ ਵੱਲ ਚੱਲ ਜਾਂਦੇ ਆ ਅਕਸਰ ਜਦੋਂ ਕਿਉਂਕਿ ਹੁਣ ਲੰਬੇ ਸਮੇਂ ਤੋਂ ਅਸੀਂ ਵੀ ਮੀਡੀਆ 'ਚ ਆ ਜਦੋਂ ਪੁੱਛੀਏ ਕਿਸੇ ਨੂੰ ਮੈਨੂੰ ਜੀ ਸ਼ੌਂਕ ਹੀ ਸੀ ਬਸ ਮੈਂ ਸਿੱਖਿਆ ਨਹੀਂ ਮੈਂ ਇੱਧਰ ਨੂੰ ਆ ਹੀ ਗਿਆ ਪਰ ਮੈਨੂੰ ਚੰਗਾ ਲੱਗਾ ਕਿ ਤੁਸੀਂ ਭੰਗੜੇ 'ਚ ਵੀ ਆਏ ਤੇ ਮੜ ਕੇ ਉਹ ਤੁਹਾਡਾ ਜਨੂਨ ਬਣ ਗਿਆ ਗਾਇਕੀ ਚ ਆਏ ਤੇ ਤੁਸੀਂ ਰੂਹ ਤੋਂ ਉਹਦੇ ਵਿੱਚ ਵੜ ਕੇ ਸਿੱਖੀ ਔਰ ਫਿਰ ਤੁਸੀਂ ਮੂਵੀ 'ਚ ਜਾਣ ਤੋਂ ਪਹਿਲਾਂ ਐਕਟਿੰਗ ਦੀਆਂ ਜਿਹੜੀ ਉਹ ਟ੍ਰੇਨਿੰਗ ਲਈ ਕੈਮਰਾ ਫੇਸ ਕਰਨਾ ਕਿ ਮੀ ਡਾਇਲੌਗ ਬੋਲਣੇ ਇਹ ਸਾਰੀ ਟ੍ਰੇਨਿੰਗ ਲੈ ਕੇ ਆਏ ਜੀ ਉਸ ਤੋਂ ਬਾਅਦ ਹੁਣ ਬਹੁਤ ਸਾਰੀਆਂ ਫਿਲਮਾਂ ਚ ਅਸੀਂ ਤੁਹਾਨੂੰ ਦੇਖਿਆ ਬੜੇ ਵਧੀਆ ਸਮਾਜਿਕ ਪੱਖ ਵੱਲੋਂ ਅਸੀਂ ਦੇਖਦੇ ਆ ਤੇ ਬੜੇ ਵਧੀਆ ਸਮਾਜ ਨੂੰ ਸੇਧ ਦੇਣ ਵਾਲੇ ਤੁਸੀਂ ਕੰਮ ਕੀਤੇ ਆ ਫਿਲਮਾਂ ਬਾਕੂਬ ਕੀਤੀਆਂ ਆ ਹਰ ਇੱਕ ਰੋਲ ਦੇ ਨਾਲ ਬੜੇ ਸੋਝੇ ਹੋਏ ਤਰੀਕੇ ਦੇ ਨਾਲ ਉਸ ਰੋਲ ਨੂੰ ਤੁਸੀਂ ਨਿਭਾਇਆ ਕਿਉਂਕਿ ਅਸੀਂ ਦੇਖਦੇ ਰਹਿੰਦੇ ਆ ਹਰ ਇੱਕ ਫਿਲਮ ਦੇਖਦੇ ਆ ਖਾਸ ਕਰਕੇ ਜਦੋਂ ਆਪਣੇ ਆਪਣੇ ਸ਼ਹਿਰ ਦੇ ਸਾਡੇ ਆਪਣੇ ਆਰਟਿਸਟਾਂ ਦੀ ਹੁੰਦੀ ਆ ਤੇ ਫਿਰ ਮਾਣ ਵੀ ਹੁੰਦਾ ਕਿ ਸਾਡੇ ਆ ਆਪਣੇ ਭਾਈਚਾਰੇ ਚੋਂ ਮਿਹਨਤ ਦੇ ਨਾਲ ਅੱਗੇ ਵਧ ਕੇ ਇਨਸਾਨ ਨੇ ਇੱਕ ਹੋਰ ਪਲਾਂਘ ਪੁੱਟੀ ਆ ਤੇ ਹੌਸਲਾ ਦੇਂ ਜਾਓ ਜੀ ਜੀ ਸੋ ਤੁਸੀਂ ਸਿੱਖ ਕੇ ਆਏ ਸੀ ਤੇ ਹੁਣ ਤੱਕ ਕਿੰਨੀਆਂ ਕਿ ਫਿਲਮਾਂ ਚ ਤੁਸੀਂ ਕੰਮ ਕਰ ਚੁੱਕੇ ਹੋ ਇਹ ਮੈਨੂੰ ਲੱਗਦਾ ਜੀ ਟੋਟਲ ਕੋਈ 20 ਦੇ ਕਰੀਬ ਫਿਲਮਾਂ ਹੋ ਗਈਆਂ ਜੀ ਟੋਟਲ ਜਿਵੇਂ ਸਾਰੀਆਂ ਗਿਣਾਤਾ ਜੀ ਜਦੋਂ ਗਾਇਕੀ ਦੀ ਗੱਲ ਕਰਦੇ ਆ ਸਰਬਜੀਤ ਜੀ ਗਾਇਕੀ ਦੇ ਨਾਲੋਂ ਫਿਲਮਾਂ ਚ ਕੰਮ ਕਰਨਾ ਜ਼ਿਆਦਾ ਔਖਾ ਔਖਾ ਜੀ ਔਖਾ ਬਿਕਉ ਹੈ ਤਾਂ ਗਾਇਕੀ ਬਹੁਤ ਔਖੀ ਆ ਬਿਖਰਿਆ ਹੁਣ ਬਾਬਾ ਜੀ ਨੇ 30 ਸਾਲ ਲੰਘਾਤੇ ਕੰਮ ਬਹੁਤ ਦਿੱਤਾ ਰਾਤ ਦਿਨ ਅਖਾੜੇ ਲਾਏ ਆ ਜੀ ਹਜ਼ਾਰਾਂ ਚ ਨਾ ਔਰ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਖਰਿਆ ਤੇ ਹੁਣ ਉਹ ਥੋੜਾ ਵੀ ਹੁਣ ਖਾੜੇ ਲਾਉਣੇ ਮੈਨੂੰ ਲੱਗਦਾ ਵੀ ਇੱਕ ਲਾਈਵ ਖਾੜਾ ਲਾਉਣਾ ਬਹੁਤ ਸੋਖਾ ਮੈਂ ਤੇ ਇੰਜੋਏ ਕਰਦਾ ਜੀ ਮੈਨੂੰ ਸਭ ਤੋਂ ਚਾ ਚੜਦਾ ਜਦੋਂ ਲਾਈਵ ਖਾੜੇ ਤੇ ਮੈਂ ਤੁਰਦਾ ਜੀ ਜਮਾ ਸੋਚਦਾ ਵੀ ਕੱਲ ਨੂੰ ਜਾਂ ਪਰਸੋਂ ਨੂੰ ਹੁਣ ਲਾਈਵ ਖੜਾ। ਮੈਨੂੰ ਉਹ ਬਹੁਤ ਈਜ਼ੀ ਲੱਗਦਾ। ਬਹੁਤ ਬੰਦੇ ਇਦਾਂ ਦੇ ਵੀ ਹੋਣਗੇ ਇਹਨੂੰ ਲਾਈਵ ਖੜਾ ਬਹੁਤ ਔਖਾ ਲੱਗਦਾ ਹੋਏਗਾ। ਔਖਾ ਲੱਗਦਾ ਹੋਊਗਾ। ਤੇ ਇਸੇ ਤਰ੍ਹਾਂ ਹੀ ਜਿਹੜੀ ਮੇਰਾ ਟੇਸਟ ਆ ਜਾਂ ਮੇਰੀ ਸੋਚ ਆ ਮੈਂ ਪਿਆਰ ਭੰਗੜੇ ਨੂੰ ਤਾਂ ਕਰਦਾ ਕਰਦਾ ਦੀ ਗਾਇਕੀ ਨੂੰ ਲੇਖਣੀ ਨੂੰ ਔਰ ਮੈਂ ਐਕਟਿੰਗ ਨੂੰ ਵੀ ਬਹੁਤ ਪਿਆਰ ਕਰਦਾ ਪਰ ਮੈਨੂੰ ਜਿਹੜੀ ਐਕਟਿੰਗ ਆ ਜੇ ਮੈਂ ਸਭ ਸਭ ਚੀਜ਼ਾਂ ਦੇ ਮੈਂ ਇਹ ਮੁਕਾਬਲੇ ਵਿੱਚ ਤੋਲਾ ਇਹਨੂੰ ਤਾਂ ਫੇਬਨੋ ਐਕਟਿੰਗ ਔਖੀ ਮੈਨੂੰ ਲੱਗਦੀ ਆ ਵੀ ਐਕਟਿੰਗ ਸਭ ਚੀਜ਼ਾਂ ਤੋਂ ਔਖੀ ਆ ਅੱਛਾ ਇੱਕ ਗੱਲ ਸਾਰੇ ਕਹਿੰਦੇ ਆ ਕਿ ਜਿੱਦਾਂ ਹੁਣ ਤੁਸੀਂ ਇੱਕ ਬਹੁਤ ਸੋਹਣੀ ਤੁਹਾਡੀ ਪਿੱਛੇ ਜੇ ਮੂਵੀ ਆਈ ਸੀਗੀ ਜੋਗਰਾਜ ਸਿੰਘ ਹੋਣਾ ਦੇ ਨਾਲ ਉਸ ਮੂਵੀ ਤੋਂ ਬਾਅਦ ਬੜਾ ਵਧੀਆ ਕੈਨੇਡੀਅਨ ਕਲਚਰ ਨੂੰ ਤੁਸੀਂ ਦਿਖਾਇਆ ਸਰਦਾਰਾ ਐਂਡ ਸਨਸ ਸਰਦਾਰਾ ਐਂਡ ਸਨਸ ਬੜੀ ਸੋਣੀ ਮੂਵੀ ਸੀਗੀ ਉਹ ਚ ਤੁਸੀਂ ਬਹੁਤ ਸੋਹਣਾ ਕੀਤਾ ਰੋਲ ਕੀਤਾ ਤੁਹਾਡਾ ਜਿੰਨਾ ਵੀ ਤੁਸੀਂ ਇੱਥੇ ਦੀ ਜ਼ਿੰਦਗੀ ਨੂੰ ਦਿਖਾਇਆ ਹਾਂ ਜੀ ਮਾਪਿਆਂ ਦਾ ਦੁੱਖ ਦਰਦ ਸਾਰਾ ਕੁਝ ਦਿਖਾਇਆ ਜਦੋਂ ਇੱਕ ਕਿਰਦਾਰ ਕਰਨਾ ਹੁੰਦਾ ਆ ਉਹਦੇ ਵਿੱਚ ਬਣਨਾ ਹੁੰਦਾ ਕਿਰਦਾਰ ਦੇ ਸੋ ਇਹ ਜਿਹੜਾ ਕਰਨਾ ਕਈ ਵਾਰੀ ਜਿਵੇਂ ਬਹੁਤ ਸਾਰੇ ਆਰਟਿਸਟਾਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਵੀ ਤੁਹਾਡੇ ਤੇ ਅਸਰ ਰਹਿੰਦਾ ਉਹਦਾ ਬਹੁਤ ਚਿਰ ਤੁਹਾਨੂੰ ਉਹੋ ਜਿਹੇ ਹੀ ਜ਼ੋਨ ਦੇ ਵਿੱਚ ਰਹਿਣਾ ਪੈਂਦਾ ਆ ਜਿਹੋ ਜਿਹਾ ਤੁਸੀਂ ਰੋਲ ਕਰਨਾ ਹੁੰਦਾ ਸੋ ਇਸ ਕਰਕੇ ਤੁਹਾਨੂੰ ਲੱਗਦਾ ਕਿ ਹਰ ਮੂਵੀ ਚ ਹਰ ਕਿਰਦਾਰ ਨੂੰ ਜਦੋਂ ਤੁਸੀਂ ਨਿਭਾਉਣਾ ਹੈ ਫਿਰ ਤੁਹਾਨੂੰ ਉਸ ਜੋਨਿੰਗ ਚ ਜਾਣਾ ਪੈਂਦਾ ਅ ਉਹ ਬਿਲਕੁਲ ਜਾਣਾ ਪੈਣਾ ਜੀ ਕਿਉਂਕਿ ਦੇਖੋ ਜਿਹੜਾ ਇਹ ਜਾਣਾ ਬੜਾ ਔਖਾ ਹਮ ਉਸ ਕਿਰਦਾਰ ਦੇ ਵਿੱਚ ਜਿਹੜਾ ਬੰਦਾ ਉਸ ਕਿਰਦਾਰ ਦੇ ਵਿੱਚ ਬੜ ਗਿਆ ਜੀ ਜਿਹੜਾ ਵੀ ਐਕਟਰ ਹਮ ਸਮਝ ਲਓ ਉਹ ਕੰਮ ਕਰ ਗਿਆ ਜੀ ਉਹ ਵਧੀਆ ਕੰਮ ਕਰੂਗਾ ਜੀ ਕਿਉਂਕਿ ਉਸ ਕਰੈਕਟਰ ਦੇ ਵਿੱਚ ਢਲਣਾ ਹੀ ਬੜਾ ਔਖਾ ਜੀ ਜਿਹੜਾ ਵੀ ਆ ਹਮ ਉਹ ਮੰਕਤੇ ਦਾ ਆ ਹਮ ਉਹ ਬਾਦਸ਼ਾਹ ਦਾ ਆ ਪਾ ਮੈਂ ਇੱਕ ਨਾਰਮਲ ਆ ਪਾ ਮੈਂ ਇੱਕ ਸੋਸ਼ਲ ਵਰਕਰ ਐ ਤੇ ਜੇ ਕੋਈ ਬੰਦਾ ਉਸ ਕਰੈਕਟਰ ਦੇ ਵਿੱਚ ਢਲਦਾ ਨਹੀਂ ਇਧਰ ਜਾ ਕੇ ਹੜ 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 ਉਧਰ ਜਾ ਕੇ ਹੋਰ ਸੱਤੀਆਂ ਪੁੱਠੀਆਂ ਗੱਲਾਂ ਇਧਰ ਉਹ ਚੁਗਲੀਆਂ ਕਰ ਲੀਆਂ ਉਹਨੂੰ ਫੋਨ ਲਗਾ ਰਿਆ ਇਧਰ ਡਾਇਰੈਕਟਰ ਨਾਲ ਬਹਿਸ ਕਰ ਲਈ ਉਹ ਫੇ ਬਹੁਤ ਮੁਸ਼ਕਲ ਆ ਜੀ ਤੁਹਾਨੂੰ ਮਤਲਬ ਐਨ ਪੂਰਾ 100% ਐਨ ਕਹਿ ਲੋ ਵੀ ਲੀਨ ਹੋ ਕੇ ਤੁਹਾਨੂੰ ਉਸ ਕਰੈਕਟਰ ਦੇ ਵਿੱਚ ਢਲ ਜਾਓਗੇ ਤਾਂ ਮੇਰਾ ਖਿਆਲ ਆ ਤੁਸੀਂ ਉਹਨਾਂ ਹੀ ਨੇਚਰਲ ਲੱਗੋਗੇ ਨਹੀਂ ਤਾਂ ਤੁਸੀਂ ਜੇ ਹੁਣ ਮੈਂ ਨਹੀਂ ਟਲ ਪਾਇਆ ਤੇ ਮੈਂ ਲੋਕਾਂ ਨੂੰ ਸਰਬਜੀ ਚੀਮਾ ਹੀ ਦਿਖੀ ਜਾਣਾ ਮੈਂ ਉਹ ਕ੍ਰਾਈਟਰੀਅਮ ਨਹੀਂ ਲੱਗਣਾ ਜੀ ਜੀ ਬਿਲਕੁਲ ਤੇ ਜਦੋਂ ਹੁਣ ਗੱਲ ਕਰਦੇ ਆ ਖਾਲਸਾ ਕਾਲਜ ਤੋਂ ਤੁਸੀਂ ਸਟੱਡੀ ਕੀਤੀ ਤੁਹਾਡਾ ਭੰਗੜੇ ਦਾ ਗਰੁੱਪ ਸੀ ਉਹ ਵੀ ਤੁਹਾਡੇ ਯਾਰ ਬੇਲੀ ਸਾਰੇ ਅੱਜ ਵੀ ਤੁਹਾਡੇ ਨਾਲ ਆ ਮਿਲਣੀਆਂ ਗੱਲਣੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨਾਲ ਨਾਲ ਤੁਸੀਂ ਇੱਕ ਗਾਇਕੀ ਨੂੰ ਵੀ ਇੱਕ ਉਸ ਮਕਾਮ ਤੱਕ ਲੈ ਕੇ ਆਏ ਭੰਗੜੇ ਨੂੰ ਵੀ ਨਾਲ ਬਰਕਰਾਰ ਰੱਖਿਆ ਤੇ ਰੰਗਲਾ ਪੰਜਾਬ ਅਕੈਡਮੀ ਉਹ ਸ਼ੁਰੂ ਕੀਤੇ ਉਹ ਕਿਵੇਂ ਮਨ ਦੇ ਵਿੱਚ ਆਇਆ ਕੀ ਗੱਲ ਸੋਚੀ ਤੁਸੀਂ ਕਿਉਂ ਲੱਗਾ ਕਿ ਆਪ ਤੇ ਤੁਸੀਂ ਕਲਚਰ ਦੇ ਨਾਲ ਲੋਕਾਂ ਨੂੰ ਜੋੜਦੇ ਸੀ ਕਿਉਂਕਿ ਰੰਗਲੇ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਤੁਹਾਡੇ ਗੀਤ ਦੀ ਗੱਲ ਹੁੰਦੀ ਹੈ ਅੱਜ ਵੀ ਮਹਿਫਲਾਂ ਦੀ ਸ਼ਾਨ ਹੈ ਬਹੁਤ ਸਾਰੇ ਤੁਹਾਡੇ ਗੀਤ ਅੱਜ ਵੀ ਲੋਕ ਉਹਨਾਂ ਤੇ ਭੰਗੜਾ ਪਾਉਂਦੇ ਆ ਵਿਆਹਾਂ ਸ਼ਾਦੀਆਂ 'ਚ ਖੁਸ਼ੀਆਂ ਦੇ ਵੇਲੇ ਉਹ ਜਿਹੜੇ ਗੀਤ ਚੁਲਾਏ ਜਾਂਦੇ বাজਾਈ ਜਾਂਦੇ ਤੇ ਇਹ ਅਕੈਡਮੀ ਵੱਲ ਤੁਹਾਡਾ ਧਿਆਨ ਕਿਵੇਂ ਖਿੱਚਿਆ ਗਿਆ ਕਿਉਂਕਿ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਇਸ ਕੰਟਰੀ ਦੇ ਵਿੱਚ ਤੇ ਤੁਸੀਂ ਅੱਜ ਉਹਨੂੰ ਵੀ ਇੱਕ ਮੁਕਾਮ ਤੱਕ ਲੈ ਕੇ ਆਏ ਕਿ ਅੱਜ ਤੁਹਾਡੀ ਅਕੈਡਮੀ ਦੇ ਬੱਚੇ ਵੱਡੇ-ਵੱਡੇ ਸਿੰਗਰਾਂ ਦੀਆਂ ਸਟੇਜਾਂ ਤੇ ਜਾਂਦੇ ਆ ਨਾਲ ਭੰਗੜਾ ਪਾਉਂਦੇ ਆ ਜਿਵੇਂ ਹੁਣ ਕਰਨ ਔਜਲੇ ਦਾ ਕਾਨਸਰਟ ਹੋਇਆ ਡਿਮੈਂਟਨ ਦੇ ਵਿੱਚ ਤੇ ਤੁਹਾਡੀ ਰੰਗਲਾ ਪੰਜਾਬ ਦੀ ਟੀਮ ਨੇ ਕਰਨ ਔਜਲੇ ਦੇ ਨਾਲ ਸਟੇਜ ਸਾਂਝੀ ਕੀਤੀ ਸੋ ਇਹ ਵੀ ਬੜੀ ਚੰਗੀ ਗੱਲ ਹੈ ਕਿ ਬੱਚਿਆਂ ਨੂੰ ਤੁਸੀਂ ਕਲਚਰ ਦੇ ਨਾਲ ਭੰਗੜੇ ਗਿੱਧੇ ਤੇ ਸਾਡੇ ਜਿਹੜੇ ਰਵਾਇਤੀ ਆ ਨਾ ਜਿਹੜੇ ਸਾਡੇ ਟ੍ਰੈਡੀਸ਼ਨਲ ਆ ਗਿੱਧਾ ਭੰਗੜਾ ਉਹਦੇ ਨਾਲ ਜੋੜਿਆ ਇਹ ਕਿਵੇਂ ਮੰਨ ਦੇ ਵਿੱਚ ਆਏ ਨੂੰ ਕਿਵੇਂ ਬੈਲੈਂਸ ਦੇ ਵਿੱਚ ਲੈ ਕੇ ਆਏ ਬਲਜਿੰਦਰ ਮਰਨਾ ਕਈ ਵਾਰ ਸੋਚਦਾ ਹੁੰਦਾ ਹਾਂ ਨਾ ਵੀ ਜੇ ਮੈਂ ਨਾ ਪਿੱਛੇ ਝਾਤ ਮਾਰਦਾ ਸੀ ਬਚਪਨ ਤੋਂ ਲੈ ਕੇ ਇੱਕ ਬਹੁਤ ਸਰਦਾ ਸਧਾਰਨ ਪਰਿਵਾਰ ਜਿਵੇਂ ਗੱਲ ਪਿੰਡਾਂ ਵਾਲੇ ਅਸੀਂ ਮੀਡਲ ਕਲਾਸ ਜਿਹਹੋਂ ਨੇ ਰੋਟੀ ਪਾਣੀ ਸਾਮਾ ਚੱਲਦਾ ਹੁੰਦਾ ਹਾਂ ਸਾਮਾ ਬਿਲਕੁਲ ਜੀ ਆਪਾਂ ਸਾਰੇ ਉਸ ਕੀ ਸਮੇਂ ਦੇ ਆਏ ਹੋਏ ਹਾਂ ਸਾਰੇ ਮੈਂ ਵੀ ਉਸ ਸਮੇਂ ਦੀ ਆਈ ਹਾਂ ਜੀ 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 ਸਾਡਾ ਜੇ ਅਸੀਂ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤਾਂ ਮਤਲਬ ਜੇ ਸਾਡੇ ਡੈਡੀ ਹੁੰਨੀ ਪਾਪਾ ਜੀ ਹੁਣੀ ਬਾਹਰ ਨਾ ਜਾਂਦੇ ਅਸੀਂ ਜ਼ਮੀਨ ਬੜਾ ਹੋਰ ਨਾ ਖਰੀਦਦੇ ਮੈਨੂੰ ਲੱਗਦਾ ਸਾਢੇ 3 ਪੌਣੇ 4 ਏਕੜ ਸਾਢੇ ਹਿੱਸੇ ਪਾਪਾ ਜੀ ਦੇ ਆਉਂਦੇ ਸੀ ਅਸੀਂ ਦੋ ਭਾਈ ਆ ਤਾਂ ਪੌਣੇ 2 ਕਿੱਲੇ ਸਵਾ 2 ਕਿੱਲੇ ਮੇਰੇ ਹਿੱਸੇ ਆਉਣੇ ਸੀ ਤੇ ਗਾ ਮੇਰੇ ਬੇਟਿਆਂ ਦੇ ਹਿੱਸੇ ਪੌਣਾ ਪੌਣਾ ਕਿੱਲਾ ਸਵਾ ਸਵਾ ਕਿੱਲਾ ਤੇ ਉਹ ਕਿੰਨੇ ਕਿ ਕਿਤੇ ਪਤਾ ਜੀ ਬਿਲਕੁਲ ਜੀ ਬਹੁਤ ਸੁਧਾਰਨ ਜਿੱਥੋਂ ਜੰਮ ਕੇ ਪੈਦਾ ਹੋਏ ਆ ਜੀ ਔਰ ਕਾਲਜ ਟਾਈਮ ਤੋਂ ਲੈ ਕੇ ਮਾਲਕ ਨੇ ਇਹੋ ਜੀ ਵਾਂ ਫੜੀ ਆ ਜੀ ਮੈਂ ਕਈ ਵਾਰ ਸੋਚਦਾ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਬਹੁਤ ਉੱਚੀ ਜਗ੍ਹਾ ਤੇ ਜੀ ਮੈਂ ਬਹੁਤ ਸਟਿਲ ਨੀਮੀ ਜਗ੍ਹਾ ਤੇ ਆ ਪਰ ਮੈਨੂੰ ਮਾਲਕ ਨੇ ਜਿੰਨਾ ਥਾ ਪੜਾ ਦਿੱਤਾ ਜੀ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਯਾਰ ਉਦੋਂ ਇੱਕ ਨਿੱਕੇ ਜਿਹੇ ਪਿੰਡ 'ਚ ਜੰਮ ਕੇ ਉਹ ਲਾਇਰਪੁਰ ਖਾਲਸਾ ਕਾਲਜ ਪੜਨਾ ਇੱਕ ਸੋਚ ਉਹ ਵੀ ਮਾਲਕ ਨੇ ਸੋਚ ਦਿੱਤੀ ਫਿਰ ਭੰਗੜੇ ਵਿੱਚ ਜਿਸ ਹੱਦ ਤੱਕ ਵੀ ਗਏ ਆ ਮੈਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਜੀ ਜਿਹੜਾ ਰਤਬਾ ਮਾਲਕ ਨੇ ਭੰਗੜੇ 'ਚ ਬਖਸ਼ਿਆ ਗਾਇਕੀ ਜਦੋਂ ਸ਼ੁਰੂ ਕੀਤੀ ਕੈਸੇ ਕੈਸੇ ਥੰਮ ਸੀ ਮੋਰੇ ਜਿਹੜੇ ਦੇਖ ਕੇ ਕੰਪਨੀ ਛੱਡਦੀ ਸੀ ਤੇ ਇਹਨਾਂ ਬੰਦਿਆਂ 'ਚ ਐਂਟਰ ਹੋਣਾ ਮਾਲਕ ਨੇ ਉਹ ਵੀ ਸਿਰ ਤੇ ਹੱਥ ਰੱਖਿਆ ਜੀ ਐਕਟਿੰਗ ਮੈਂ ਨਹੀਂ ਕਹਿੰਦਾ ਪਰ ਹੌਲੀ 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 ਹਾਣੀ ਫਿਲਮ ਦੀ ਗੱਲ ਕਰ ਲਈਏ ਅਸ਼ਕੇ ਫਿਲਮ ਦੀ ਗੱਲ ਕਰ ਲਈਏ ਸਦਾਰਾ ਇਨਸਾਂਚ ਦੀ ਗੱਲ ਕਰ ਲਈਏ ਹੁਣ ਸੋਚਾ ਸੂਰਮਾ ਆ ਰਹੀ ਹੈ ਜੀ ਉਹ ਕਵਾਈਬ ਤੁਹਾਨੂੰ ਆਉਦੀ ਹੁੰਦੀ ਹੈ ਜੀ ਮੈਨੂੰ ਪਤਾ ਵੀ ਇਹ ਇਹ ਫਿਲਮ ਵੀ ਜਿਹੜੀ ਹੈ ਜੀ ਇਹ ਵੀ ਇਸ ਸਰ ਹੋਏਗੀ ਇਹ ਵੀ ਇੱਕ ਆਪਣਾ ਮੀਲ ਪੱਥਰ ਘੱਟ ਕੇ ਜਾਏਗੀ ਚੰਡੇ ਗੱਡੇਗੀ ਆਪਣੇ ਇਹ ਇਹ ਲੋਕਾਂ ਨੂੰ ਫਿਲਮ ਜਿਹੜੀ ਪਸੰਦ ਆਏਗੀ ਔਰ ਮੈਂ ਕਈ ਵਾਰ ਸੋਚਦਾ ਹੁੰਦਾ ਹਾਂ ਉਹ ਵੀ ਯਾਰ ਕੀ ਸੀ ਕੁਝ ਵੀ ਨਹੀਂ ਸੀ ਔਰ ਇਹ ਸਾਰੀ ਜਿਹੜਾ ਬਾਬਾ ਜੀ ਦਾ ਇੱਕ ਜਿਹੜਾ ਥਾਪੜਾ ਜੀ ਬਾਬਾ ਜੀ ਦੀ ਜਿਹੜੀ ਮਿਹਰ ਜਾਂ ਰਹਿਮਤ ਆ ਉਹਨੇ ਇੱਥੇ ਤੱਕ ਸਿਹਤ ਪੱਖੋਂ ਲਾ ਲਓ ਪਰਿਵਾਰ ਪੱਖੋਂ ਲਾ ਲਓ ਇਹ ਮਤਲਬ ਹੁਣ ਜਿਹੜੀ ਤੁਸੀਂ ਅਕੈਡਮੀ ਦੀ ਗੱਲ ਕੀਤੀ ਹੈ ਜੀ ਅਕੈਡਮੀ ਦਾ ਬਲਜਿੰਦਰ ਮੈਨੂੰ ਜਦੋਂ 20 ਸਾਲ ਹੋ ਗਿਆ ਗਿਆ ਸੀ ਗਾਇਕੀ ਵਿੱਚ ਤਾਂ ਮੈਨੂੰ ਏਦਾਂ ਚਾਹ ਹੁੰਦਾ ਸੀ ਮੇਰੇ ਧਿਆਨ 'ਚ ਵੀ ਜੋ ਮਾਲਕ ਨੇ ਬਖਸ਼ਿਆ ਆ ਜੋ ਮੇਰੇ ਨਾਵੇਂ ਲਾਇਆ ਆ ਉਹ ਚੀਜ਼ ਮੈਂ ਪ੍ਰੋਡਿਊਸ ਕਰਾਂ ਜੀ ਵੀ ਅਕੈਡਮੀ ਖੋਲਣ ਦਾ ਮੇਰਾ ਸੁਪਨਾ ਸੀ ਬਹੁਤ ਸਾਲਾਂ ਤੋਂ ਪਰ ਗੁਰੂ ਵਰ ਸੁਖਮਣ ਛੋਟੇ ਸੀ ਹੂੰ ਛੋਟੇ ਸੀ ਤਾਂ ਮੈਨੂੰ ਮੈਂ ਵੀਜੀ ਬਹੁਤ ਸੀ ਇੰਡੀਆ 'ਚ ਵੀ ਸ਼ਮਾ ਤੋਂ ਵੇਲ ਹੀ ਹੈ ਨਹੀਂ ਸੀ ਜਿੰਨਾ ਹੁਣ ਗੱਲਾਂ ਕੀਤੀਆਂ ਚੰਗਾ ਨਹੀਂ ਲੱਗਦਾ ਵੀ ਆ ਵੀ ਉਹ ਮੇਰੇ ਮਿਜਿਸ਼ਨ ਤੋਂ ਸੌਂਗ ਵਾਲੇ ਬੰਦੇ ਸਾਰੇ ਜਾਣਦੇ ਨੇ ਜੀ ਔਰ ਗੁਰਬਰ ਹੁਣ ਜਦੋਂ ਗੁਰਬਰ ਥੋੜਾ ਵੱਡਾ ਹੋਇਆ ਸੁਖਮਨ ਛੋਟਾ 4 ਸਾਲ ਮੈਂ ਵਾਈਫ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਸੋਚਦਾ ਹੁਣ ਇਦਾਂ ਵੀ ਹੁਣ ਗਰਮੀ ਆ ਜੇ ਮੈਂ 5-7 ਮਹੀਨੇ ਰਹਿੰਦਾ ਵੀ ਇੱਥੇ ਆ ਵੀ ਆਪਾਂ ਅਕੈਡਮੀ ਦਾ ਜਿਹੜਾ ਸੋਚਦੇ ਹੁੰਨੇ ਆ ਆਪਾਂ ਖੋਲੀਏ ਅਕੈਡਮੀ ਸ਼ੁਰੂ ਕਰੀਏ ਹੂੰ ਔਰ ਉਹ ਇਦਾਂ ਸੋਚ ਕੇ ਕੀਤੀ ਸੀ ਵੀ ਕੋਈ 100-150 ਬੱਚਾ ਆ ਜਾਏਗਾ ਵੀ ਵੀ ਆਪਾਂ ਚਲੋ ਪ੍ਰੋਡਿਊਸ ਕਰੀਏ ਬੱਚਿਆਂ ਨੂੰ ਇੱਧਰ ਲਾਈਏ ਔਰ ਜੋ ਹਾਲਾਤ ਹੋ ਗਿਆ ਜੀ ਅਕੈਡਮੀ ਬਾਬੇ ਨੇ ਜੋ ਹੁਣ ਤਿੰਨ ਲੋਕੇਸ਼ਨਾਂ ਨੇ ਜੀ ਹੂੰ ਅਲਮੋਸਟ 2000 ਦੇ ਨੇੜੇ ਬੱਚਾ ਆਪਣੇ ਜੀ ਬਿਲਕੁਲ ਔਰ ਅਸੀਂ ਸੋਚਿਆ ਨਹੀਂ ਸੀ ਕਦੀ ਕਦੀ ਵੀ ਨਹੀਂ ਸੋਚਿਆ ਸੀ ਵੀ ਇਦਾਂ ਵੀ ਹੋ ਜੂ ਸਾਨੂੰ ਇੱਕ ਤੋਂ ਦੂਸਰੀ ਲੋਕੇਸ਼ਨ ਤੇ ਜਾਣਾ ਪੈ ਜੂ ਤੀਸਰੀ ਤੇ ਜਾਣਾ ਪੈ ਜੂ ਹੁਣ ਪਤਾ ਨਹੀਂ ਮਤਲਬ ਟ੍ਰਾਂਟੋ ਤੋਂ ਸਾਈਡ ਤੋਂ ਇਧਰ ਆਸਟ੍ਰੇਲੀਆ ਤੋਂ ਕਿੱਥੋਂ ਕਿੱਥੋਂ ਲੰਡਨ ਬੰਗਲਗਾਂ ਤੋਂ ਮਤਲਬ ਉਹ ਆਉਂਦੀਆਂ ਆਫਰਸ ਵੀ ਸਾਡੇ ਅਕੈਡਮੀ ਰੰਗਲਾ ਪੰਜਾਬ ਖੋਲੋ ਬਟ ਉਹ ਡਰ ਲੱਗਦਾ ਵੀ ਐਵੇਂ ਆਪਾਂ ਪਸਾਰਾ ਪਸਾਰਤਾ ਇਕਦਮੀ ਉੱਥੇ ਜਾ ਨਾ ਹੋਇਆ ਬੋਰਡ ਨਾ ਹੋਇਆ ਮੈਨੇਜਮੈਂਟ ਮੋਰੇ ਨਾ ਮਿਲੀ ਤਾਂ ਇਹ ਪੇਕੇ ਤੇ ਕੰਮ ਖਰਾਬ ਨਾ ਹੋ ਜਾਈ। ਬਤਲੋ ਅਕੈਡਮੀ ਜਿਹੜੀ ਆ ਜੀ ਹੁਣ ਅੱਜ ਉਹ ਗੁਰਵਰ ਨੇ ਇੰਨੀ ਕ ਮਿਹਨਤ ਕੀਤੀ ਆ। ਮੈਂ ਤਾਂ ਜਿੰਨਾ ਕ ਜਾਨਾ ਆ ਗਿਆ ਤਾਂ ਮੁੜਿਆ ਇੱਕ ਸੁਪਰਵੀਜ਼ਨ ਕਰ ਲੋ। ਉਹ ਵੀ ਬਾਬਾ ਜੀ ਨੇ ਬਾਬੇ ਨਾਨਕ ਨੇ ਐਸੀ ਬਾਹ ਫੜੀ ਆ ਵੀ ਹੁਣ ਜਿੰਨੇ ਵੱਡੇ ਵੱਡੇ ਸ਼ੋਅ ਹੋਏ ਭਾਵੇਂ ਉਹ ਦਿਲਜੀਤ ਦਾ ਸ਼ੋਅ ਆ ਜੀ, ਕਰਨ ਓਜਲਾ ਦਾ, ਸਰਤਾਜ ਦਾ, ਉਹਨਾਂ ਗੁਰਦਾਸ ਭਾਜੀ ਦਾ ਬੱਕ ਹੋਇਆ ਜੀ ਰੀਸੈਟਲ ਹੀ ਕੱਲ ਪਰਸ ਨੂੰ ਸੈਟਲ ਵਾਲਾ। ਜੀ ਜੀ। ਠੀਕ ਆ ਜੀ। ਬਿਲਕੁਲ ਉਹਨਾਂ ਦਾ ਇਹ ਹੋਰ ਰਾਤ ਫਤਿਹਦੀ ਗਾਲ ਦਾ ਟੂਰ ਹੋਣ ਬੱਕ ਹੋਇਆ ਜੀ। ਅਰੀ ਸੈਟ ਦੀ ਪੂਰਾ ਟੂਰ ਬੱਚੇ ਲੈ ਕੇ ਆਏ ਐ ਐਡਮੰਟਨ ਟੋਰਾਂਟੋ ਔਰ ਵੈਨਕੂਵਰ ਕਾਰਨਾਵਚ ਨਾਲ ਤੇ ਇਹ ਸਭ ਜਦੋਂ ਜੋ ਪਹਿਲ ਬਣ ਗਈ ਸਾਰੇ ਆਰਟਿਸਟ ਦੀ ਵੀ ਰੰਗਲਾ ਪੰਜਾਬ ਇਹ ਮਤਲਬ ਇਹ ਮੇਰੇ ਤਾਂ ਆਪ ਸਮਝ ਤੋਂ ਬਾਹਰ ਆ ਜੀ ਮੈਂ ਤਾਂ ਇਹ ਨਹੀਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਕਲਚਰ ਦੇ ਨਾਲ ਜੋੜ ਰਹੇ ਹੋ ਬੱਚੇ ਆਪਣੇ ਟ੍ਰੈਡੀਸ਼ਨਲ ਕੱਪੜੇ ਪਾਉਂਦੇ ਆ ਚਾਦਰੇ ਲਾਉਂਦੇ ਕੁੜਤੇ ਪਾਉਂਦੇ ਉਹਨਾਂ ਨੂੰ ਕੈਂਠਿਆਂ ਦੀ ਸਮਝ ਆ ਬੇਸ਼ੱਕ ਉਹ ਗਾਣਿਆਂ ਦੇ ਬੋਲੀਆਂ ਦੇ ਉੱਤੇ ਬੋਲਦੇ ਆ ਪਰ ਪੰਜਾਬੀ ਮਾਂ ਬੋਲੀ ਤਾਂ ਬੋਲਦੇ ਆ ਨਾ ਬਿਲਕੁਲ ਜੀ ਜਿਹੜਾ ਬੰਦਾ ਭੰਗੜੇ ਨਾਲ ਵਜਿੰਦਰ ਜੁੜ ਜਾਂਦਾ ਨਾ ਜੀ ਭੰਗੜਾ ਬਹੁਤ ਸਾਰੀ ਪਾਵਰ ਤੁਹਾਡੇ ਹੱਡਾਂ ਦੇ ਵਿੱਚ ਪੈਦਾ ਕਰਦਾ ਹਮਮ ਔਰ ਭੰਗੜਾ ਬਹੁਤ ਸਾਰਾ ਸਟੈਮਨਾ ਤੁਹਾਨੂੰ ਦਿੰਦਾ ਜੀ ਔਰ ਯੋਗਾ ਨਾਲ ਕਿਤੇ ਹੀ ਬੈਟਰ ਹੈ ਜੀ ਹਮ ਜਿਵੇਂ ਸੰਗੀਤ ਅਸੀਂ ਮੰਤਰ ਮੁਗਤ ਹੋ ਕੇ ਸੁਣ ਲਈਏ ਨਾ ਸਾਨੂੰ ਲੱਗਦਾ ਵੀ ਟੈਨਸ਼ਨ ਜਿਹੜੀ ਉਹ ਡレイン ਹੋ ਗਈ ਤਾਂ ਖੁਸ਼ੀ ਸਾਡੇ ਬ੍ਰੇਨ ਦੇ ਵਿੱਚ ਸਾਡੇ ਹਿਰਦੇ 'ਚ ਬ੍ਰੇਨ ਰਾਹੀਂ ਆ ਗਈ ਇਸੇ ਤਰ੍ਹਾਂ ਹੀ ਜਿਹੜਾ ਭੰਗੜਾ ਆ ਇਹ ਤੁਹਾਨੂੰ ਉਧਰੋਂ ਗੀਤ ਵੱਜਦੇ ਨੇ ਉਦੋਂ ਪੰਪ ਟਪ ਕਰਦੇ ਆ ਉਦੋਂ ਤੁਹਾਡੀ ਬਾਡੀ ਦੇ ਮਸਲ ਤੁਸੀਂ ਜੰਪ ਕਰਦੇ ਹੋ ਆਪਣਾ ਸਰੀਰ ਸਾਰਾ ਮੂਵ ਕਰਦੇ ਹੋ ਭੰਗੜਾ ਬਹੁਤ ਜ਼ਿਆਦਾ ਬੈਸਟ ਐਕਸਰਸਾਈਜ਼ ਹੈ ਦੀ ਕਿਸੇ ਬੰਦੇ ਦੀ ਵੀ ਸਿਹਤ ਲਈ ਔਰ ਜਿਹੜੇ ਬੱਚੇ ਹੁਣ ਜੁੜੇ ਆ ਔਰ ਅਸੀਂ ਅੱਜ ਜਿਹੜੇ ਬੱਚੇ ਹੁਣ ਸਾਡੀ ਅਕੈਡਮੀ ਦੇ ਵਿੱਚ 19 20 ਸਾਲ ਦੇ ਆ ਜੀ ਇਹਨਾਂ ਨੂੰ ਅਸੀਂ 7 8 ਸਾਲ ਦੀ ਉਮਰ ਤੋਂ ਅਸੀਂ ਪਾਲਿਆ ਜੀ ਜਦੋਂ ਅਕੈਡਮੀ ਖੋਲੀ ਸੀ ਤੇ ਇਹ ਐਡੇ ਐਡੇ ਖੁੰਦੇ ਸੀ ਜੀ ਉਹ ਅੱਜ ਹੁਣ ਇੰਟਰਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਜਿੱਤ ਕੇ ਲੈ ਕੇ ਆ ਰਹੇ ਆ ਹੂੰ ਤੂਬ ਪੰਜਾਬੀ ਨਾਲ ਉਹ ਐਸੇ ਜੁੜ ਗਏ ਆ ਵੀ ਜੇ ਅਸੀਂ ਉਹਨਾਂ ਨਾਲ ਗੱਲ ਕਰਕੇ ਦੇਖਦੇ ਆ ਪੇਰੈਂਟਸ ਨਾਲ ਗੱਲ ਕਰਦੇ ਪੇਰੈਂਟਸ ਕਹਿੰਦੇ ਯਾਰ ਇਹ ਤਾਂ ਗੱਲ ਹੀ ਪੰਜਾਬੀ ਦੀ ਕਰਦੇ ਹੁਣ ਵੀ ਸਾਡੇ ਰਿਸ਼ਤੇਦਾਰ ਆ ਉਹ ਸਾਡੇ ਬੱਚੇ ਉਹਨਾਂ ਨੂੰ ਭੰਗੜੇ ਦਾ ਇੰਟਰਸਟ ਹੈ ਨਹੀਂ ਸੀ ਉਹਨਾਂ ਨੇ ਸਪੋਰਟਸ ਵੀ ਨਹੀਂ ਕੀਤੀ ਉਹ ਬੱਚੇ ਇੱਕ ਵੀ ਸ਼ਬਦ ਨਹੀਂ ਪੰਜਾਬੀ ਦਾ ਬੋਲਦੇ ਇਹ ਸਾਡੇ ਬੱਚੇ ਤਾਂ ਇਹ ਪੰਜਾਬੀ ਚ ਗੱਲ ਹੀ ਪੰਜਾਬੀ ਚ ਕਰ ਬਿਲਕੁਲ ਜੀ ਬਹੁਤ ਫਰਕ ਪੈਂਦਾ ਬੱਚਿਆਂ ਤੇ ਉਹ ਬੜੀ ਚੰਗੀ ਗੱਲ ਆ